ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਗੱਲ ਕਰਾਂਗੇ ਉਸ ਦਰਦਨਾਕ ਵਾਕਿਆ ਦੀ ਜਿਹੜਾ 31 ਸਾਲ ਪਹਿਲਾਂ ਵਾਪਰਿਆ। ਇਹ ਵਾਕਿਆ ਪੰਜਾਬੀਆਂ 'ਤੇ, ਖਾਸ ਕਰਕੇ ਸਿੱਖਾਂ ਦੇ ਜ਼ਹਿਨ 'ਚ ਅੱਜ ਵੀ ਉਸੇ ਤਰ੍ਹਾਂ ਖੁਰੇਦਿਆ ਹੋਇਆ ਹੈ। ਓਪਰੇਸ਼ਨ ਬਲੂ ਸਟਾਰ, ਕੀ ਇਸ ਫੌਜੀ ਕਾਰਵਾਈ ਦੀ ਲੋੜ ਸੀ? ਮੈਂ ਅੱਜ ਇਸ ਬਾਰੇ ਸਿਰਫ ਆਪ ਹੀ ਗੱਲ ਨਹੀਂ ਕਰੂੰਗਾ, ਮੈਂ ਇੱਕ ਹੋਰ ਸੱਜਣ ਨੂੰ ਵੀ ਤੁਹਾਡੇ ਰੂਬਰੂ ਕਰਵਾਵਾਂਗਾ, ਦਮਦਮੀ ਟਕਸਾਲ ਦੇ ਭਾਈ ਮੋਕਮ ਸਿੰਘ। ਉਹ ਇਸ ਕਾਰਵਾਈ ਵੇਲੇ ਕੰਪਲੈਕਸ ਦੇ ਵਿੱਚ ਮੌਜੂਦ ਸਨ, ਤੁਸੀਂ ਉਹਨਾਂ ਨੂੰ ਵੀ ਸਵਾਲ ਜਵਾਬ ਕਰ ਸਕਦੇ ਹੋ। ਇਹ ਗੱਲ ਬਾਅਦ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਹਰ ਹਫ਼ਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਰੋਜ਼ ਵਾਂਗੂ ਤੁਸੀਂ ਲਾਈਵ ਸ਼ੋਅ ਵੇਲੇ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕਰ ਸਕਦੇ ਹੋ। ਜਿਸ ਵੇਲੇ ਇਹ ਸ਼ੋਅ ਦੇ ਰਿਪੀਟ ਸ਼ੋਅ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ ਸਾਡੇ ਪੁਰਾਣੇ ਸ਼ੋਅ ਯੂਟਿਊਬ 'ਤੇ ਉਪਲਬਧ ਨੇ। ਅੱਜ ਇੱਥੇ ਭਾਰਤ 'ਚ ਜੂਨ 2 ਦੀ ਸਵੇਰ ਹੈ ਅਤੇ ਠੀਕ 31 ਸਾਲ ਪਹਿਲਾਂ ਇਸੇ ਹੀ ਦਿਨ ਰਾਤ ਨੂੰ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ 'ਚ ਵੱਖਰੇ ਵੱਖਰੇ ਗੁਰਦੁਆਰਿਆਂ ਦੇ ਵਿੱਚ ਫੌਜੀ ਕਾਰਵਾਈ ਕਰਨ ਵਾਸਤੇ ਫੌਜ ਨੂੰ ਤੈਨਾਤ ਕਰ ਦਿੱਤਾ ਸੀ। ਉਸੇ ਹੀ ਰਾਤ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ, ਰਾਤ ਨੂੰ ਕਰਫਿਊ ਲਾ ਦਿੱਤਾ ਗਿਆ ਸੀ। ਜਿਵੇਂ ਤੁਹਾਨੂੰ ਪਤਾ ਹੀ ਹੈ, ਮੁੱਖ ਕਾਰਵਾਈ ਦਰਬਾਰ ਸਾਹਿਬ 'ਚ ਪਲੈਨ ਕੀਤੀ ਗਈ ਸੀ, ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਹਥਿਆਰਬੰਦ ਜਥੇਬੰਦੀਆਂ ਦੇ ਕਾਰਕੁਨ ਮੌਜੂਦ ਸਨ। ਮੈਂ ਬਤੌਰ ਜਰਨਲਿਸਟ ਇਸ ਫੌਜੀ ਕਾਰਵਾਈ ਉੱਤੇ ਕਾਫੀ ਖੋਜ ਕੀਤੀ ਹੈ, ਕਰੀਬ 150 ਤੋਂ 200 ਤੋਂ ਵੱਧ ਲੋਕਾਂ ਨਾਲ ਗੱਲਬਾਤ ਕੀਤੀ ਹੈ। 2 ਸਾਲ ਪਹਿਲਾਂ ਮੈਂ ਇਸ ਬਾਰੇ ਇੱਕ 9 ਹਿੱਸਿਆਂ ਦੀ ਡਾਕੂਮੈਂਟਰੀ ਵੀ ਬਣਾਈ ਸੀ। ਇਹ ਡਾਕੂਮੈਂਟਰੀ ਉਸ ਵੇਲੇ DN Night ਨਿਊਜ਼ ਚੈਨਲ ਉੱਤੇ ਅਤੇ ਜੀ ਪੰਜਾਬ ਉੱਤੇ ਦਿਖਾਈ ਵੀ ਗਈ ਸੀ। ਇਹ ਇਸ ਵੇਲੇ ਯੂਟਿਊਬ ਉੱਤੇ ਉਪਲਬਧ ਹੈ। ਮੇਰੀ ਕੋਸ਼ਿਸ਼ ਹੈ ਕਿ ਇਸ ਹਫ਼ਤੇ ਇਸ ਸ਼ੋਅ 'ਚ ਰੋਜ਼ ਇਸ ਓਪਰੇਸ਼ਨ ਦੇ ਵੱਖਰੇ ਵੱਖਰੇ ਪਹਿਲੂਆਂ ਬਾਰੇ ਗੱਲ ਕਰਾਂ ਅਤੇ ਵਿਚਾਰ ਵਟਾਂਦਰਾ ਕਰਾਂ। ਅੱਜ ਮੇਰੇ ਨਾਲ ਨੇ, ਜੋ ਮੈਂ ਹੁਣੇ ਦੱਸਿਆ, ਭਾਈ ਮੋਕਮ ਸਿੰਘ ਜੋ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸਨ। ਅੱਜ ਆਪਾਂ ਮੁੱਖ ਓਪਰੇਸ਼ਨ ਦੀ ਗੱਲ ਨਹੀਂ ਕਰਾਂਗੇ, ਆਪਾਂ ਸਿਰਫ ਗੱਲ ਕਰਾਂਗੇ ਕਿ June 1, 2 ਅਤੇ 3 1984 ਦੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਉਹ ਮੌਜੂਦ ਸਨ ਦਰਬਾਰ ਸਾਹਿਬ ਦੇ ਵਿੱਚ, ਉੱਥੇ ਅੰਦਰ ਕੀ ਮਾਹੌਲ ਸੀ, ਕੀ ਉੱਥੇ ਵਾਪਰਿਆ। ਭਾਈ ਮੋਕਮ ਸਿੰਘ, ਆਪਾਂ ਹੁਣ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲਾਂ ਦੱਸੋਗੇ ਕਿ ਉਸ ਵੇਲੇ June 1 ਅਤੇ 2 ਨੂੰ ਜਾਂ 3 ਨੂੰ ਅੰਦਰ ਕੀ ਮਾਹੌਲ ਸੀ, ਦਰਬਾਰ ਸਾਹਿਬ ਦੇ ਅੰਦਰ ਕੀ ਮਾਹੌਲ ਸੀ? ਦੇਖੋ ਜੀ, ਜਿਹੜਾ ਦਰਬਾਰ ਸਾਹਿਬ ਦਾ ਮਾਹੌਲ ਤਕਰੀਬਨ ਇਸ ਤੋਂ ਵੀ 10 ਦਿਨ ਪਹਿਲਾਂ ਤੋਂ ਜਿਹੜਾ ਚੱਲ ਰਿਹਾ ਸੀ, ਉਹ ਖਾਸ ਆਦਮੀਆਂ ਨੂੰ ਇਹ ਸੀ ਕਿ ਕੁਛ ਹੋਣ ਵਾਲਾ ਹੈ। ਉਹ ਕੀ ਹੋਣ ਵਾਲਾ ਸਾਰਿਆਂ ਇਹਦੇ ਬਾਰੇ ਜਿੰਨਾ ਕੋਈ ਕਿਸੇ ਦਾ ਲੇਵਲ ਸੀ ਉਹ ਉਹੋ ਜਿਹਾ ਹੀ ਸੋਚਦਾ ਸੀ। ਕੋਈ ਪੁਲਿਸ ਤੱਕ ਸੋਚਦਾ ਸੀ, ਕੋਈ ਹੋਰ ਸੋਚਦਾ ਸੀ, ਕੋਈ ਕਹਿ ਰਿਹਾ ਸੀ ਕਿ ਸ਼ਾਇਦ ਗ੍ਰਿਫਤਾਰੀਆਂ ਲਈ ਕਹਿਣਗੇ, ਕੁਛ ਕਹਿ ਰਿਹਾ ਸੀ ਕਿ BSF ਕਰੂ, CRP ਕਰੂ, ਕੋਈ ਫੌਜ ਸੋਚ ਰਿਹਾ ਸੀ, ਜਿੱਦਾਂ ਦਾ ਕਿਸੇ ਦਾ ਲੇਵਲ ਸੀ ਜਾਂ ਜਿੱਦਾਂ ਕੋਈ ਮਹਿਸੂਸ ਕਰਦਾ ਜਿੰਨੀ ਕੋਈ ਕਿਸੇ ਦੀ ਦਿਮਾਗੀ ਜਾਂ ਪਹੁੰਚ ਹੁੰਦੀ ਹੈ। ਜੋ ਅਸੀਂ ਦੇਖਿਆ ਕਿ 31 ਤਰੀਕ ਦੀ ਰਾਤ ਨੂੰ ਸੰਤ ਜਰਨੈਲ ਸਿੰਘ ਜੀ ਨੇ ਇੱਕ ਅਜੀਬ ਗੱਲ ਹੋਈ ਕਿ ਉਹ 30-31 ਦੀ ਜਿਹੜੀ ਰਾਤ ਸੀ ਉਸ ਰਾਤ ਸਾਰੇ ਜਥੇ ਦੇ ਸਿੰਘਾਂ ਨੂੰ ਬੁਲਾਇਆ ਜੀ। ਫੈਡਰੇਸ਼ਨ ਵਾਲੇ ਵੀ ਸਨ, ਹੋਰ ਸੱਜਣ ਵੀ ਸਨ, ਉਹਨਾਂ 'ਚ ਬਹੁਤ ਸਾਰੇ ਅੱਜ ਵੀ ਸਰੀਰਕ ਤੌਰ 'ਤੇ ਮੌਜੂਦ ਨੇ। ਉਹਨਾਂ ਸਾਰਿਆਂ ਨੂੰ ਇੱਕ ਕਾਫੀ ਸਾਰਾ ਕੱਪੜਾ, ਭਾਈ ਗੁਰਮੁਖ ਸਿੰਘ ਗੜਵਈ ਉਹਨਾਂ ਦੇ ਸੇਵਾਦਾਰ ਸੀ, ਉਹਨਾਂ ਦੇ ਜਿਹੜੇ ਨਿੱਜੀ ਸੇਵਾਦਾਰ ਸਨ ਜੀ, ਉਹ ਕੱਪੜਾ ਲੈ ਕੇ ਅਤੇ ਉਹ ਸਾਰਿਆਂ ਨੂੰ ਸਰੋਪੋ ਦੇ ਰਹੇ ਸਨ।
ਸਾਰਿਆਂ ਨੂੰ ਸਰੋਪੋ ਦਿੱਤੇ, ਫਿਰ ਪੁੱਛਿਆ ਕੋਈ ਰਹਿ ਤਾਂ ਨਹੀਂ ਗਿਆ, ਸਾਰਿਆਂ ਨੂੰ ਆ ਗਿਆ। ਉਦੋਂ ਬਾਅਦ ਉਹਨਾਂ ਨੇ ਆਪਣੇ ਉੱਥੇ ਅਕਾਲ ਤਖਤ ਸਾਹਿਬ ਦੀ ਉੱਪਰਲੀ ਛੱਤ ਜਿੱਥੇ ਅੰਮ੍ਰਿਤ ਛਕਾਉਂਦੇ ਨੇ, ਅਤੇ ਉਸ ਜਗ੍ਹਾ 'ਤੇ ਉਹ ਬੈਠੇ ਸਨ। ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਸਿੰਘਾਂ ਦੇ ਨਾਲ। ਉਸ ਗੱਲਬਾਤ ਵਿੱਚੋਂ ਜਿਹੜੇ ਉਹਨਾਂ ਦਾ ਭਾਸ਼ਣ ਸੀ ਉਹਦੇ 'ਚੋਂ ਬਹੁਤ ਕੁਝ ਝਲਕ ਗਿਆ ਸੀ, ਬਹੁਤ ਕੁਝ ਪਤਾ ਲੱਗ ਗਿਆ ਸੀ। ਉਹਨਾਂ ਨੇ ਕਿਹਾ, ਸਿੰਘੋ ਮੇਰੇ ਤੋਂ ਕੋਈ ਤੁਹਾਡੇ ਨਾਲ ਰਹਿੰਦਿਆਂ ਗਲਤੀ ਹੋਈ ਹੋਵੇ ਤਾਂ ਮੈਨੂੰ ਖਿਮਾ ਕਰਨਾ, ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਤੁਸੀਂ ਸਾਰੇ ਜਿਹੜੇ ਕੁਛ ਵੱਡੇ ਵੀ ਹੋ ਸਰੀਰਕ ਤੌਰ 'ਤੇ, ਕੋਈ ਬਰਾਬਰ ਦੇ ਹੋ, ਕੋਈ ਛੋਟੇ ਵੀ ਹੋ ਸਕਦਾ ਵੀ ਮੈਂ ਕਿਸੇ ਪ੍ਰਤੀ ਕਿਸੇ ਨੂੰ ਮਾੜਾ ਚੰਗਾ ਵੀ ਬੋਲਿਆ ਗਿਆ ਹੋਵੇ, ਪ੍ਰਬੰਧ ਕਰਦਿਆਂ ਬੜਾ ਕੁਝ ਹੁੰਦਾ, ਅਤੇ ਮੈਨੂੰ ਉਹ ਸਾਰੇ ਖਿਮਾ ਦਿਆ ਜੀ, ਜਿਹੜਾ ਤੁਸੀਂ ਸਾਥ ਦਿੱਤਾ ਇਹਦਾ ਮੈਂ ਕਰਜ਼ਾ ਨਹੀਂ ਮੋੜ ਸਕਦਾ। ਤੁਸੀਂ ਉਸ ਵੇਲੇ ਭਾਈ ਮੋਹਕਮ ਸਿੰਘ ਆਪ ਕਿੱਥੇ ਸੀਗੇ? ਅੱਛਾ, ਮੈਂ ਜਦੋਂ ਉਹ ਵੇਖਿਆ ਨਾ, ਉਸ ਸਮੇਂ ਮਹਿਸੂਸ ਹੋ ਗਿਆ ਸੀ ਕਿ ਕੁਛ ਹੋਣ ਵਾਲਾ, ਅਤੇ ਸੰਤਾਂ ਨੂੰ ਘੱਟੋ ਘੱਟ ਪਤਾ ਜੀ ਵੀ ਇਹ ਕੁਝ ਹੋਣ ਵਾਲਾ। ਮੈਂ ਉਸ ਸਮੇਂ ਸਾਡਾ ਆਮ ਤੌਰ 'ਤੇ ਜਿਹੜਾ ਭਾਈ ਦਲਵੀਰ ਸਿੰਘ ਜੀ ਅਭਿਆਸੀ ਸੀ ਉਹਨੂੰ ਕਹਿੰਦੇ ਸਨ, ਉਹਨਾਂ ਦੇ ਨਾਲ ਕਾਫੀ ਸਾਡਾ ਲਗਾਓ ਸੀ। ਉਹਨਾਂ ਦਾ ਕਮਰਾ ਸੀ 48 ਨੰਬਰ, ਜਿੱਥੇ ਬ੍ਰਹਮਬੂਟਾ ਮਾਰਕੀਟ, ਬ੍ਰਹਮਬੂਟਾ ਅਖਾੜਾ ਹੈ, ਇਹਦੇ ਬਿਲਕੁਲ ਨਾਲ ਸ਼ਬੀਲ ਹੈ, ਇਸ ਦੇ ਨਾਲ ਹੀ ਕਮਰਾ ਹੁੰਦਾ ਸੀ 48 ਨੰਬਰ। ਹੁਣ ਉਹ ਨੰਬਰ ਅੱਗੇ ਪਿੱਛੇ ਹੋ ਗਏ ਨੇ ਕਿਉਂਕਿ ਨਵੇਂ ਸਿਰੋਂ ਥੋੜ੍ਹੀ ਵਾਲੀ ਜੀ ਹੋਈ ਆ। ਉਸ ਕਮਰੇ ਸਾਡੀ ਆਮ ਤੌਰ 'ਤੇ ਰਿਹਾਇਸ਼ ਹੁੰਦੀ ਸੀ ਅਤੇ ਅਸੀਂ ਉੱਥੇ ਹੀ ਸਾਂ। ਸਾਰੀ ਘਟਨਾ ਨੂੰ ਦੇਖੋ, 1 ਤਰੀਕ ਨੂੰ ਤਾਂ ਸਾਰੇ ਕੰਪਲੈਕਸ 'ਚ ਫਿਰਨ ਡਏ ਹਾਂ, ਕੋਈ ਐਡੀ ਪਾਬੰਦੀ ਵਾਲੀ ਗੱਲ ਨਹੀਂ ਸੀ ਹੈਗੀ। ਦੁਪਹਿਰੇ ਕੋਈ ਤਕਰੀਬਨ ਕੋਈ 12 ਵਜੇ ਦਾ ਟਾਈਮ ਹੋਏਗਾ ਅੰਦਾਜ਼ਨ, ਸੰਤ ਜਰਨੈਲ ਸਿੰਘ ਜੀ ਖਾਲਸਾ ਉਹ ਲੰਗਰ ਹਾਲ ਦੇ ਉੱਤੇ ਸੰਬੋਧਨ ਕਰਦੇ ਹੁੰਦੇ ਸੀ, ਸੰਗਤਾਂ ਬਹੁਤ ਆਉਂਦੀਆਂ ਸਨ ਅਤੇ ਉਹ ਉੱਥੇ ਸੰਬੋਧਨ ਕਰਨ ਲਈ ਗਏ ਸਨ ਅਤੇ ਅਚਾਨਕ ਮੇਰੀ ਉਹਨਾਂ ਨੇ ਇੱਕ ਡਿਊਟੀ ਲਾਈ ਸੀ, ਮੈਂ ਮਹਿਤੇ ਜਾਣਾ ਸੀ ਬਾਬਾ ਠਾਕਰ ਸਿੰਘ ਜੀ ਰਾਮ ਕੋਲ ਜਾਂ ਹੋਰ ਇੱਦਾਂ ਦਾ ਕਿਸੇ ਨੇ, ਅਸੀਂ ਚਿੱਠੀ ਵੀ ਲਿਖਤੀ ਸੀ ਇੱਕ, ਚਲੋ ਉਹ ਦੇਣੀ ਵੀ ਸੀ ਜੀ, ਅਤੇ ਅਚਾਨਕ ਉੱਥੇ ਗੋਲੀ ਆਰੰਭ ਹੋ ਗਈ। ਇਹ ਕਿਹੜੀ ਤਰੀਕ ਦੀ ਗੱਲ ਹੈ? ਇਹ 1 ਤਰੀਕ ਦੀ ਗੱਲ ਹੈ ਜੀ। ਓਕੇ, 1 ਤਰੀਕ ਨੂੰ ਅਚਾਨਕ ਇੰਨੀ ਗੋਲੀ ਜ਼ਿਆਦਾ ਤੇਜ਼ ਹੋ ਗਈ, ਮੈਂ ਉਸ ਸਮੇਂ ਜਾਣ ਹੀ ਵਾਲਾ ਸਾਂ, ਮੈਂ ਜਾਣਾ ਤਾਂ ਸਵੇਰੇ ਸੀ ਪਰ ਐਵੇਂ ਹੀ ਸੱਜੇ ਖੱਬੇ ਕਰਦਿਆਂ ਥੋੜ੍ਹਾ ਜਿਹਾ ਲੇਟ ਹੋ ਗਏ ਅਤੇ ਜਦੋਂ ਤੁਰਨ ਲੱਗਾ ਉਹਨੂੰ ਅਚਾਨਕ ਗੋਲੀ ਚੱਲਣ ਲੱਗ ਗਈ। ਮੈਂ ਉਦੋਂ 48 ਨੰਬਰ ਕਮਰੇ 'ਚ ਹੀ ਬੈਠਾ ਸਾਂ। ਗੋਲੀ ਜਦੋਂ ਥੋੜ੍ਹੀ ਜਿਹੀ ਘੱਟ ਹੋਈ, ਐਵੇਂ ਘੰਟਾ ਕੁ ਚੱਲ ਕੇ ਥੋੜ੍ਹਾ ਫਿਰ ਘਟੀ ਥੋੜ੍ਹੀ ਜਿਹੀ, ਅਤੇ ਸੰਤ ਜਰਨੈਲ ਸਿੰਘ ਜੀ ਉੱਤੋਂ ਤੇਜ਼ੀ ਨਾਲ ਉੱਤਰ ਕੇ ਥੱਲੇ ਨੂੰ ਆਇਆ ਅਤੇ ਮੈਂ ਉਦੋਂ ਦੁੱਖ ਭੰਜਨੀ ਬੇਰੀ ਦੇ ਅਗਲੇ ਪਾਸੇ ਜਿਹੜੀ ਡਿਉੜੀ ਹੈ, ਇਸ ਡਿਉੜੀ ਦੇ ਥੱਲੇ ਸੰਤਾਂ ਨੂੰ ਫਤਿਹ ਬੁਲਾਈ। ਸੰਤ ਮੈਨੂੰ ਪਹਿਲਾਂ ਤਾਂ ਗੁੱਸੇ ਹੋਏ, ਕਹਿੰਦੇ ਤੇਰੀ ਡਿਊਟੀ ਲਗੀ ਲਾਈ ਸੀ ਅਤੇ ਤੂੰ ਕਿੱਥੇ ਖੜਾ ਹੈ ਅਤੇ ਤੂੰ ਗਿਆ ਕਿਉਂ ਨਹੀਂ ਗਾ। ਮੈਂ ਥੋੜ੍ਹਾ ਜਿਹਾ ਡਰਿਆ, ਨਾਲ ਨਾ ਤੁਰਿਆ, ਥੋੜ੍ਹਾ ਜਿਹਾ ਅੱਗੇ ਤੱਕ ਗਿਆ ਅਤੇ ਸੰਤ ਮੈਨੂੰ ਗਰਮ ਹੋ ਰਹੇ ਸੀ, ਗੁੱਸੇ ਹੋ ਰਹੇ ਸਨ। ਜਾਂਦਿਆਂ ਜਾਂਦਿਆਂ ਮੈਂ ਡਰ ਗਿਆ ਥੋੜ੍ਹਾ ਜਿਹਾ ਵੀ ਸੰਤ ਜ਼ਿਆਦਾ ਗੁੱਸੇ ਨਾਲ, ਮੈਂ ਖੜ ਗਿਆ ਅਤੇ ਸੰਤ ਤੁਰੇ ਜਾ ਰਹੇ ਸਨ ਬਰਾਂਡੇ ਦੇ ਵਿੱਚ, ਨਾਲ ਸਿੰਘ ਵੀ ਕਾਫੀ ਸਨ। ਥੋੜ੍ਹਾ ਜਿਹਾ ਪਿੱਛੇ ਨੂੰ ਵੇਖ ਕੇ ਵੇਖਿਆ ਵੀ ਉਹ ਖੜ ਗਿਆ, ਫਿਰ ਆਇਆ ਭੱਜ ਕੇ ਆ। ਮੈਂ ਗਾਂਹ ਲੱਗ ਹੋਇਆ, ਮੈਨੂੰ ਕਹਿੰਦੇ ਜਿਹੜੀ ਤੇਰੀ ਡਿਊਟੀ ਹੈ ਤੂੰ ਪੂਰੀ ਕਰਨੀ ਹੈ, ਜਾਓ। ਦਰਅਸਲ ਇੱਕ ਚਿੱਠੀ ਸੀ ਜਿਹੜੀ ਮੈਂ ਬਾਬਾ ਠਾਕਰ ਸਿੰਘ ਜੀ ਨੂੰ ਪਹੁੰਚਾਉਣੀ ਸੀ, ਮੈਂ ਪਹੁੰਚਾ ਨਹੀਂ ਪਾਇਆ ਜੀ। ਉਹ ਉਸ ਤੋਂ ਬਾਅਦ ਫਿਰ ਗੋਲੀ ਤੇਜ਼ ਹੋ ਗਈ, ਸਾਰਾ ਦਿਨ ਗੋਲੀ ਚੱਲਦੀ ਰਹੀ। ਉਸ ਦਿਨ ਇੱਕ ਭਾਈ ਮਹਿੰਗਾ ਸਿੰਘ ਸੀ, ਬਾਬਾ ਖਾਲਸਾ ਦੇ ਖਾਲਸਾ ਨਾਲ ਸੰਬੰਧਿਤ ਸਨ ਅਤੇ ਉਹ ਆਪਣੇ ਬਾਬਾ ਟਲ ਜੀ ਦੇ ਜਿਹੜਾ ਪਵਿੱਤਰ ਸਥਾਨ ਹੈ ਬਾਬਾ ਜੀ ਦਾ, ਉਹ ਗੁਰਦੁਆਰਾ ਸਾਹਿਬ ਦੇ ਉੱਪਰ ਸਨ ਅਤੇ ਉਹਨਾਂ ਨੂੰ ਗੋਲੀ ਲੱਗ ਗਈ ਸੀ। ਇਸੇ ਤਰ੍ਹਾਂ ਕੁਝ ਸਿੰਘ ਜਿਹੜੇ ਸੀ ਉਹ ਆਪਣੇ ਸ਼ਹੀਦ ਹੋ ਗਏ ਸਨ, ਦੁੱਖ ਭੰਜਨੀ ਬੇਰੀ ਲੱਗ ਗਏ। ਇੱਕ ਸਿੰਘ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਸ਼ਹੀਦ ਹੋ ਗਿਆ ਸੀ। ਇਹ ਜਿਹੜੇ ਅੰਦਰ ਜਿਹੜੇ ਲੋਕ ਜਿਹੜੇ ਅੰਦਰ ਮਾਰੇ ਗਏ, ਅੰਦਰ ਸ਼ਹੀਦ ਹੋ ਗਏ, ਇਹਨਾਂ ਦਾ ਫਿਰ ਸੰਸਕਾਰ ਕਿੱਥੇ ਕੀਤਾ ਗਿਆ? ਅੱਛਾ, ਇਹਨਾਂ 'ਚ ਜਿਹੜੇ ਬਾਕੀ ਦੇ ਸਰੀਰ ਸੀ ਉਹ ਤਾਂ ਸੀ ਆਮ ਸ਼ਰਧਾਲੂਆਂ ਦੇ, ਜਿਹੜੇ ਮੱਥਾ ਟੇਕਣ ਆਏ, ਅਚਾਨਕ ਪ੍ਰਕਰਮਾਂ 'ਚ ਤੁਰੇ ਫਿਰਦੇ ਸਨ ਅਤੇ 12 ਵਜੇ ਅਚਾਨਕ ਦੁਪਹਿਰੇ ਗੋਲੀ ਚੱਲ ਜਾਣੀ, ਅਤੇ ਉਹ ਆਮ ਹੀ ਸਧਾਰਨ ਲੋਕਾਂ ਨੂੰ ਹੋਇਆ, ਉਹਨਾਂ ਨੂੰ ਤਾਂ ਸਰੀਰਾਂ ਨੂੰ ਤੋਂ ਲੈ ਗਏ ਸੀ ਬਾਹਰ। ਉਹ ਪਤਾ ਨਹੀਂ ਸਰਕਾਰ ਨੇ, ਪੁਲਿਸ ਨੇ ਉਹਨਾਂ ਦੇ ਘਰਾਂ ਨੂੰ ਦਿੱਤਾ ਜਾਂ ਸੰਸਕਾਰ ਕਿੱਦਾਂ, ਮੈਂ ਨਹੀਂ ਜਾਣਦਾ। ਮਹਿੰਗਾ ਸਿੰਘ ਦਾ ਸਰੀਰ, ਕਿਉਂਕਿ ਉਹ ਇੱਕ ਜਥੇਬੰਦੀ ਨਾਲ ਸੰਬੰਧਿਤ ਸੀ,
ਅਤੇ ਉਹਦੇ ਸੰਸਕਾਰ ਦੇ ਉੱਤੇ ਵੀ ਕੋਈ ਜਾਣਿਆ ਸੀ ਜਾਂ ਇਸ ਤਰ੍ਹਾਂ ਦਾ ਮਾਹੌਲ ਸੀ ਉਹਨਾਂ ਦਾ, ਜਿੱਥੇ ਕੋਈ ਨਾਨਕ ਨਿਵਾਸ ਦਾ ਸਥਾਨ ਹੈ ਇਹਦੇ ਸਾਹਮਣੇ ਜਿਹੜੀ ਮੇਨ ਸੜਕ ਹੈ ਇਹ ਸੜਕ ਦੇ ਉੱਤੇ ਸੰਸਕਾਰ ਕੀਤਾ ਗਿਆ, ਅਸੀਂ ਉਸ ਸੰਸਕਾਰ ਵਿੱਚ ਸ਼ਾਮਿਲ ਹੋਏ ਸ਼ਾਮ ਨੂੰ। ਤੁਸੀਂ ਇਹਦਾ ਮਤਲਬ ਹੈ ਲਾਸਟ ਉਹ 1 ਤਰੀਕ ਨੂੰ ਹੀ ਸੰਤ ਜਰਨੈਲ ਸਿੰਘ ਨੂੰ ਮਿਲ ਗਏ? ਨਹੀਂ ਜੀ, ਅਸੀਂ ਉਸ ਤੋਂ ਬਾਅਦ ਉਹਨਾਂ ਨੂੰ ਮਿਲਦੇ ਰਹੇ ਹਾਂ। 1 ਤਰੀਕ ਨੂੰ ਗੋਲੀ ਚੱਲਣ ਤੋਂ ਬਾਅਦ ਸ਼ਾਮ ਤੋਂ ਬਾਅਦ ਉਹ ਬਿਲਕੁਲ ਮਾਹੌਲ ਠੀਕ ਹੋ ਗਿਆ, ਠੀਕ ਹੋ ਗਿਆ। ਉਸ ਤੋਂ ਬਾਅਦ ਅਗਲਾ ਦਿਨ ਜਿਹੜਾ 2 ਤਰੀਕ ਦਾ ਸੀ, ਉਸ ਦਿਨ ਗੁਰਪੁਰਬ 2-3 ਦਾ ਸੀ, ਉਦਣ ਨਾਰਮਲ ਸੰਗਤ ਸੀ, ਲੋਕ ਆ ਵੀ ਰਹੇ ਸੀ ਜਾ ਵੀ ਰਹੇ ਸੀ, ਪੱਤਰਕਾਰ ਵੀ ਆਉਂਦੇ ਸੀ, ਬੜਾ ਮਤਲਬ ਇੱਦਾਂ ਦਾ ਹੀ ਸੀ ਮਾਹੌਲ। ਪਰ 1-4 ਸਵੇਰੇ ਇੱਕ ਜਿਵੇਂ ਕਹਿ ਦਈਏ ਉਹ ਬਣੀ ਹੋਈ ਸੀ ਕੋਰੀਡੋਰ ਬਣਿਆ ਹੋਇਆ ਸੀ 4 ਸਵੇਰੇ ਫੌਜ ਦਾ ਅਤੇ ਪੁਲਿਸ ਦਾ। ਫੌਜ ਦਾ ਐਲਾਨ ਨਹੀਂ ਸੀ ਕੀਤਾ ਅਜੇ, ਪਰ ਵਾਸਤਵ ਵਿੱਚ ਫੌਜ ਜਿਹੜੀ ਸੀ ਉਹ ਉਹਨਾਂ ਮੋਰਚਿਆਂ ਦੇ ਵਿੱਚ ਨਿਸ਼ਾਨਦੇਹੀਆਂ ਵੀ ਕਰ ਰਹੀ ਸੀ, ਉਹ ਨਕਸ਼ੇ ਵੀ ਬਣਾ ਰਹੀ ਸੀ। ਅੰਦਰ ਅੰਦਰ ਕਿਹੜੇ ਕਿਹੜੀਆਂ ਜਥੇਬੰਦੀਆਂ ਦੇ ਜਿਹੜੇ ਖਾੜਕੂ ਸੀ ਉਹ ਮੌਜੂਦ ਸਨ? ਦੇਖੋ ਜਿਹੜੀ ਕੰਪਲੈਕਸ ਦੇ ਅੰਦਰ ਦੀ ਜਿਹੜੀ ਸਥਿਤੀ ਸੀ, ਮੇਨ ਜ਼ਿਆਦਾ ਤਾਂ ਦਮਦਮੀ ਟਕਸਾਲ ਨਾਲ ਸੰਬੰਧਿਤ ਸਨ, ਉਹ ਸਾਰੀ ਪ੍ਰਕਰਮਾ ਅਕਾਲ ਤਖਤ ਸਾਹਿਬ, 2 ਘੰਟਾ ਘਰ ਜਿਹੜੇ ਨੇ ਇਹ ਵੀ, ਅਤੇ ਲੰਗਰ ਹਾਲ ਅਤੇ ਜਿਹੜੇ ਬੁਰਜ ਨੇ ਇਹਨਾਂ ਦੇ ਉੱਤੇ ਤਾਂ ਦਮਦਮੀ ਟਕਸਾਲ ਦੇ ਹੀ ਸਿੰਘ ਸਨ ਸਾਰੇ। ਜਿਹੜੇ ਫੈਡਰੇਸ਼ਨ ਵਾਲੇ ਸਨ, ਭਾਈ ਹਰਮਿੰਦਰ ਸਿੰਘ ਸੰਧੂ ਜਾਂ ਉਹਨਾਂ ਦੇ ਸਾਥੀ ਜਿਹੜੇ ਸਨ, ਇੱਕ ਪੁਰਾਣਾ ਅਕਾਲ ਰੈਸਟ ਹਾਊਸ ਹੁੰਦਾ ਸੀ ਬਿਲਕੁਲ ਜਿੱਥੇ ਅੱਜ ਕੱਲ੍ਹ ਗੁਰੂ ਅਰਜਨ ਦੇ ਸਰਾਂ ਬਣੀ ਹੈ, ਇੱਥੇ ਮੁੱਢ 'ਚ ਹੁੰਦਾ ਸੀ, ਪੁਰਾਣਾ ਸੀ, ਇੱਕ ਨਵਾਂ ਬਣਿਆ ਸੀ ਪਿਛਲੇ ਪਾਸੇ। ਇਹ ਇੱਥੇ ਉਹ ਫੈਡਰੇਸ਼ਨ ਵਾਲੇ ਵੀਰ ਸਨ ਜੀ। ਬੱਬਰ ਖਾਲਸਾ ਦੇ ਜਿਹੜੇ ਵੀਰ ਸਨ ਇਹ ਨਾਨਕ ਨਿਵਾਸ ਦੇ ਵਿੱਚ ਆ ਗਏ ਸੀ ਜਦੋਂ ਸੰਤ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ ਚਲੇ ਗਏ, ਅਤੇ ਉਹ ਇੱਥੋਂ ਨਾਨਕ ਨਿਵਾਸ ਤੋਂ ਬਾਬਾ ਟੱਲ ਅਤੇ ਨਾਨਕ ਨਿਵਾਸ ਜਿਹੜਾ ਸੀ, ਇਹ 2 ਥਾਵਾਂ ਜਿਹੜੀਆਂ ਸੀ ਇਹ ਉਹਨਾਂ ਦੇ ਕੋਲ ਸਨ। ਅਤੇ ਸੰਤ ਜਰਨੈਲ ਸਿੰਘ ਦੇ ਜਿਹੜੇ ਨਾਲ ਜਿਹੜੇ ਉਹਨਾਂ ਦੇ ਨਜ਼ਦੀਕੀ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਉਹ ਕੌਣ ਕੌਣ ਸੀਗੇ? ਦੇਖੋ ਮੇਨ ਤੌਰ 'ਤੇ ਉਹਨਾਂ ਦਾ ਸੇਵਾਦਾਰ ਭਾਈ ਗੁਰਮੁਖ ਸਿੰਘ ਗੜਵਈ ਸੀ, ਆਪਣੇ ਭਾਈ ਰਿਸ਼ਪਾਲ ਸਿੰਘ ਪੀ ਏ ਸੀ, ਭਾਈ ਸੁਜਾਨ ਸਿੰਘ ਸੀ, ਭਾਈ ਰਾਮ ਸਿੰਘ ਹੁੰਦੇ ਸੀ ਇੱਕ ਰੱਤਾ ਖੇੜਾ ਦੇ, ਕਾਫੀ ਸਿੰਘ ਸਨ ਜਿਹੜੇ ਕਿ ਬਿਲਕੁਲ ਉਹਨਾਂ ਦੇ ਕਲੋਜ਼ ਰਹਿੰਦੇ ਸਨ ਹਰ ਵਕਤ, ਜਿਹੜਾ 24 ਘੰਟੇ ਦੇ ਸੇਵਾਦਾਰ ਜਿਹਨੂੰ ਕਹਿ ਲਓ। ਕੁਝ ਉਹ ਸਨ ਜਿਹੜੇ ਕਿ ਜਵਾਜ ਮਾਰੀ ਆ ਗਏ, ਕੰਮ ਪਿਆ ਆ ਗਏ, ਉਦੋਂ ਬਾਅਦ ਆਪਣਾ ਵੀ ਕਰਦੇ ਰਹੇ, ਜਿਵੇਂ ਭਾਈ ਅਮਰੀਕ ਸਿੰਘ ਸੀ, ਬਹੁਤ ਕਲੋਜ਼ ਸਨ, ਪਰ ਉਹਨਾਂ ਦੀ ਇੱਕ ਆਪਣੀ ਜਥੇਬੰਦੀ ਹੋਣ ਕਰਕੇ ਉਹਨਾਂ ਦੀਆਂ ਇੱਕ ਆਪਣੀਆਂ ਵੱਖਰੀਆਂ ਵੀ ਜ਼ਿੰਮੇਵਾਰੀਆਂ ਸਨ। ਜਰਨ ਸ਼ਬੇਕ ਸਿੰਘ ਦੀਆਂ ਇੱਕ ਆਪਣੀਆਂ ਵੱਖਰੀਆਂ ਜ਼ਿੰਮੇਵਾਰੀਆਂ ਸਨ, ਬਾਬਾ 18 ਸਿੰਘ ਦੀਆਂ ਇੱਕ ਆਪਣੀਆਂ ਵੀ ਵੱਖਰੀਆਂ ਜ਼ਿੰਮੇਵਾਰੀਆਂ ਸਨ। ਜਥੇਦਾਰ ਰਾਮ ਸਿੰਘ ਹੁੰਦੇ ਸੀ, ਚਲੱਦਾ ਪਿੰਡ ਸੀ ਸੁਲਤਾਨਪੁਰ ਲਾਗੇ, ਉਹ ਹੈ ਤਾਂ ਜਥੇਦਾਰਾਂ 'ਚ ਹੀ, ਮੇਨ ਸਲਾਹਕਾਰਾਂ 'ਚ ਸੀ ਸਾਰੇ, ਉਹ ਉਹਨਾਂ ਦੀਆਂ ਇੱਕ ਆਪਣੀਆਂ ਵੀ ਵੱਖਰੀਆਂ ਜ਼ਿੰਮੇਵਾਰੀਆਂ ਸਨ। ਪਰ ਜਿਹੜੇ ਨਿੱਜੀ ਸੇਵਾਦਾਰ ਹੁੰਦੇ ਆ ਉਹਨਾਂ 'ਚ ਭਾਈ ਗੁਰਮੁਖ ਸਿੰਘ ਗੜਵਈ, ਭਾਈ ਰਿਸ਼ਪਾਲ ਸਿੰਘ ਪੀਏ ਅਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਉਹ ਪੱਕੇ ਸਨ। ਭਾਈ ਮੁਕਮ ਸਿੰਘ, ਤੁਹਾਨੂੰ ਲੱਗਦਾ ਸੀਗਾ ਵੀ ਜੋ ਮਾਹੌਲ ਬਣ ਗਿਆ ਸੀ ਵੀ ਹੁਣ ਫੌਜ ਕਿਸੇ ਵੇਲੇ ਵੀ ਹਮਲਾ ਕਰ ਸਕਦੀ? ਦੇਖੋ ਇਹ ਅੰਦਾਜ਼ਾ ਮੈਂ ਹੋਰ ਬਾਰੇ ਤਾਂ ਨਹੀਂ ਕਹਿ ਸਕਦਾ, ਪਰ ਮੈਂ ਘੱਟੋ ਘੱਟ ਇਹ ਨਹੀਂ ਸਮਝਦਾ ਸੀ ਵੀ ਫੌਜ ਹਮਲਾ ਕਰੇਗੀ। ਮੈਂ ਇਹ ਸਮਝਦਾ ਹਾਂ ਕਿ ਵੱਧ ਤੋਂ ਵੱਧ ਪੁਲਿਸ, BSF, CRP ਅਤੇ ਉਹਨਾਂ ਨੂੰ ਅੰਦਰਲੇ ਸਿੰਘ ਜਿਹੜੇ ਉਹ ਟਿੱਚ ਜਾਣਦੇ ਆ, ਉਹਨਾਂ ਨੂੰ ਕੁਛ ਨਹੀਂ ਸਮਝਦੇ, ਉਹ ਕੋਈ ਗੱਲ ਨਹੀਂ ਹੈ। ਪਰ ਜਦੋਂ ਹਮਲਾ ਫਿਰ ਫਾਈਨਲੀ ਹੋਇਆ ਉਦੋਂ ਮੇਰੇ ਖਿਆਲ ਬਹੁਤ ਸਾਰੇ ਸ਼ਰਧਾਲੂ ਵੀ ਅੰਦਰ ਸੀ, ਕੁਝ ਮੇਰੇ ਖਿਆਲ ਜਿਹੜਾ ਧਰਮਯੁੱਧ ਦੇ ਜੱਥੇ ਆਏ ਸੀ ਉਹ ਵੀ ਅੰਦਰ ਸੀ ਉਸ ਵੇਲੇ। ਹਾਂਜੀ, ਇੱਕ ਤਾਂ ਜੱਥਾ ਤਾਂ ਰੋਜ਼ ਹੀ ਕੋਈ ਨਾ ਇੱਕ ਜੱਥਾ ਰੋਜ਼ ਆਉਂਦਾ ਸੀ, ਉਹ ਗ੍ਰਿਫਤਾਰੀ ਦਿੰਦਾ ਸੀ। ਉਸ ਦਿਨ ਸੰਗਰੂਰ ਦੇ ਇਲਾਕੇ 'ਚੋਂ ਪਹਿਲਵਾਨ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸਨ, ਬੜੇ ਅੱਛੇ ਇਨਸਾਨ ਸਨ, ਉਹਨਾਂ ਦਾ ਬੇਟਾ ਮੇਰਾ ਖਿਆਲ ਬਾਅਦ 'ਚ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਬਣਿਆ। ਉਹ ਉੱਥੋਂ ਆਏ ਹੋਏ ਸਨ, ਭਲਵਾਨ ਪਿੰਡ ਹੈ ਇੱਧਰ ਸੰਗਰੂਰ ਦੇ ਨਾਲ ਜੀ, ਅਤੇ ਉਹ ਉਹਨਾਂ ਦਾ ਜੱਥਾ ਉਸ ਦਿਨ ਗ੍ਰਿਫਤਾਰੀ ਵਾਸਤੇ ਆਇਆ ਸੀ। ਇੱਕ ਬੀਬੀਆਂ ਦਾ ਜੱਥਾ ਵੀ ਸੀ, ਬੀਬੀਆਂ ਦਾ ਜੱਥਾ ਜਿਹੜਾ ਸੀ ਉਹ ਛੁੱਟ ਕੇ ਵਾਪਸ ਆ ਗਿਆ ਸੀ, ਉਹ ਚਲੇ ਗਿਆ ਉੱਥੋਂ, ਅਤੇ ਅਗਲੇ ਦਿਨ ਉਹ ਜੱਥੇ ਨੇ ਗ੍ਰਿਫਤਾਰੀ ਦੇਣੀ ਸੀ।
ਮੇਰੇ ਖਿਆਲ ਇੱਕ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ, 5-6 ਮੈਂਬਰ ਵੀ ਮੇਰੇ ਖਿਆਲ ਕੋਈ ਸੰਗਰੂਰ ਦਾ ਕੋਈ ਫੈਮਿਲੀ ਸੀਗੀ, ਇੱਕ ਇੱਕ ਪਰਿਵਾਰ ਦੇ 5 ਮੈਂਬਰ ਮਛਣ ਮਾਰੇ ਗਏ ਸੀ। ਹਾਂ, ਤੇ ਉਦੋਂ ਇਹ ਮਾਹੌਲ ਇਸ ਤਰ੍ਹਾਂ ਹੀ, ਲੋਕ ਪਰਿਵਾਰਾਂ ਦੇ ਪਰਿਵਾਰ ਜਿਹੜੇ ਸੀ ਜਥਿਆਂ ਗ੍ਰਿਫਤਾਰੀਆਂ ਦੇਣ ਲਈ ਆਉਂਦੇ ਸੀ, ਇੱਕ ਪਰਿਵਾਰ ਨਾਲ ਉੱਥੇ ਹੋਇਆ ਜ਼ਿਆਦੀ ਮਤਲਬ ਦੁਖਦਾਈ ਘਟਨਾ ਵਾਪਰੀ ਹੈ, ਉਸ ਪਰਿਵਾਰ ਦੇ ਸ਼ਾਇਦ ਮੇਰਾ ਖਿਆਲ ਪਰਿਵਾਰ ਨਹੀਂ ਹੈਗਾ ਜੀ। ਸਾਡੇ ਨਾਲ ਕੁਝ ਸੱਜਣ ਜੁੜ ਗਏ ਆ, ਉਹ ਦੇਖਦੇ ਆ ਕੀ ਉਹ ਵਿਚਾਰ ਰੱਖਣੇ ਚਾਹੁੰਦੇ ਆ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਥੋੜੀ ਜੀ ਗੱਲ ਉੱਚੀ ਬੋਲਣਾ ਪਊ ਜੀ। ਹਾਂਜੀ ਹਾਂਜੀ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜਾਨ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਜੀ ਬਲਦੇਵ ਸਿੰਘ ਬੋਲ ਰਿਹਾ, ਆਪਣਾ ਸ਼ਹਿਰ ਤੋਂ। ਦੱਸੋ ਗੁਰਦੇਵ ਸਿੰਘ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ, ਅੱਜ ਦਾ ਜਿਹੜਾ ਮਸਲਾ ਜੀ ਦਾ ਤੁਸੀਂ ਦੱਸਾ ਰੱਖਿਆ ਵੀ ਕੀ ਮਤਲਬ ਬਲੀਵ ਪ੍ਰੈਸ਼ਨ ਦੀ ਲੋੜ ਸੀ ਜਾਂ ਨਹੀਂ ਜੀ, ਇਹ ਤਾਂ ਜੀ ਮਤਲਬ ਤਾਂ ਇਹ ਆਪਾਂ ਸਾਰੇ ਜਾਣਦੇ ਹਾਂ ਵੀ ਲੋੜ ਨਹੀਂ ਸੀ ਹੈਗੀ, ਕਿਉਂਕਿ ਇਹਦੇ ਨਾਲ ਇੱਕ ਪੂਰੀ ਮਤਲਬ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਜੀ। ਔਰ ਇਹੋ ਕੌਮ ਸੀ ਜਿਹਨੇ ਕਿ ਦੇਸ਼ ਲਈ ਬਹੁਤ ਸਾਰਾ ਮਤਲਬ ਕੁਰਬਾਨੀਆਂ ਕੀਤੀਆਂ ਸੀ ਔਰ ਆਜ਼ਾਦੀ ਵਿੱਚ ਬਹੁਤ ਸਾਰਾ ਹਿੱਸਾ ਪਾਇਆ ਸੀ, ਔਰ ਇਸ ਕੌਮ ਦੀਆਂ ਆਪਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਇਹ ਜਿਹੜਾ ਆਪਾਂ ਬਲੀਵ ਪ੍ਰੈਸ਼ਨ ਹੋਇਆ ਹੈ, ਬਹੁਤ ਹੀ ਮਤਲਬ ਦੁਖਦਾਈ ਘਟਨਾ ਸੀ, ਇਹਦੀ ਲੋੜ ਨਹੀਂ ਸੀ ਜੀ, ਕਿਉਂਕਿ ਐਡੀ ਵੱਡੀ ਜਿਹੜੀ ਗੌਰਮੈਂਟ ਆ ਉਹ ਅਗਰ ਚਾਹੁੰਦੀ ਤਾਂ ਇਸ ਨੂੰ ਮਤਲਬ ਬੜੇ ਪਿਆਰ ਦੇ ਨਾਲ ਬੜੀ ਗੱਲਬਾਤ ਦੇ ਨਾਲ ਡਿਬੇਟ ਸਕਦੀ ਸੀ, ਕਿਉਂਕਿ ਉਹਨਾਂ ਨੇ ਕਿਉਂਕਿ ਇਸ ਕੋਈ ਸੁਣ ਵਿੱਚ ਨਹੀਂ ਆਇਆ ਕਿ ਉਹਨਾਂ ਨੇ ਆਪਣਾ ਕੋਈ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ ਔਰ ਉਹ ਗੱਲਬਾਤ ਲਈ ਨਹੀਂ ਮੰਨੇ, ਕੋਈ ਇਹੋ ਜਿਹੀ ਕੋਈ ਵੀ ਘਟਨਾ ਸੁਣ ਲਈ ਨਹੀਂ ਆਈ। ਬਹੁਤ ਬਹੁਤ ਧੰਨਵਾਦ, ਮੈਂ ਤੁਹਾਡੀ ਗੱਲ ਸਮਝ ਗਿਆ ਵਾਂ ਵੀ ਇਸ ਆਪਰੇਸ਼ਨ ਦੀ ਲੋੜ ਨਹੀਂ ਸੀ ਔਰ ਗੱਲਬਾਤ ਦੇ ਜ਼ਰੀਏ ਕੋਈ ਨਾ ਕੋਈ ਹੱਲ ਲੱਭਿਆ ਜਾ ਸਕਦਾ ਸੀ। ਮੇਰੇ ਨਾਲ ਨੇ ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਜਿਹੜੇ ਉਸ ਵੇਲੇ ਅੰਦਰ ਸੀ। ਭਾਈ ਮੋਹਕਮ ਸਿੰਘ, ਜਿਵੇਂ ਹੁਣ ਗੁਰਦੇਵ ਸਿੰਘ ਕਹਿ ਰਹੇ ਆ ਕਿ ਵੈਸੇ ਤਾਂ ਮਾਹੌਲ ਬੜਾ ਤਣਾਅ ਵਾਲਾ ਸੀਗਾ, ਪਰ ਤੁਹਾਨੂੰ ਲੱਗਦਾ ਵੀ ਜੇ ਕੋਈ ਕੋਸ਼ਿਸ਼ ਕੀਤੀ ਜਾਂਦੀ ਤੇ ਇਹ ਜਿਹੜਾ ਖੂਨ ਖਰਾਬਾ ਸੀਗਾ ਇਹ ਟਲ ਸਕਦਾ ਸੀਗਾ? ਤੁਹਾਨੂੰ ਲੱਗਦਾ ਵਾ ਵੀ ਸੰਤ ਪਿੰਡਰਾਂਵਾਲੇ ਆਪ ਵੀ ਗੱਲਬਾਤ ਵਾਸਤੇ ਉਸ ਵੇਲੇ ਵੀ June 2-3 ਨੂੰ ਵੀ ਤਿਆਰ ਹੋ ਸਕਦੇ ਸੀ? ਦੇਖੋ, ਜਿੱਥੋਂ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸੰਬੰਧ ਹੈ, ਸੰਤ ਜਰਨੈਲ ਸਿੰਘ ਨੇ ਆਪਣੀ ਗੱਲਬਾਤ ਦਾ ਦਰਵਾਜ਼ਾ ਕਦੇ ਵੀ ਬੰਦ ਨਹੀਂ ਕੀਤਾ। ਉਹ ਹਮੇਸ਼ਾ ਉਹਨਾਂ ਕੋਲ ਕੋਈ ਆਇਆ ਜਾਂ ਕਿਸੇ ਨੇ ਉਹਨਾਂ ਨੂੰ ਬੁਲਾਇਆ ਜਾਂ ਕੋਈ ਸੱਜਣ ਨੂੰ ਕਿਸੇ ਨੂੰ ਉਹਨਾਂ ਨੂੰ ਸੁਨੇਹਾ ਪਤਾ ਹੋਇਆ ਤਾਂ ਉਹ ਕਦੇ ਵੀ ਮੇਰੇ ਖਿਆਲ 'ਚ ਗੱਲਬਾਤ ਤੋਂ ਨਹੀਂ ਦੌੜੇ। ਉਹਨਾਂ ਨੇ ਹਮੇਸ਼ਾ ਹੀ ਗੱਲਬਾਤ ਨੂੰ ਪਹਿਲ ਦਿੱਤੀ ਹੈ ਕਿ ਅਸੀਂ ਗੱਲਬਾਤ ਰਾਹੀਂ ਜੇ ਮਸਲਾ ਹੱਲ ਹੁੰਦਾ ਹੋਵੇ ਤਾਂ ਹੋਣਾ ਚਾਹੀਦਾ। ਸਮੱਸਿਆ ਇੱਥੇ ਆ ਕੇ ਖੜ ਗਈ ਸੀ ਕਿ ਸਿੱਖਾਂ ਦੀ ਜਿਹੜੀ ਇੱਕ ਧਿਰ ਸੀ ਜਿਹੜੀ ਕਿ ਰਾਜਨੀਤਿਕ ਤੌਰ 'ਤੇ ਵਿਚਰਦੀ ਸੀ, ਇਹ ਸਰਕਾਰ ਵਿਚਰਦੀ ਸੀ, ਉਹਨਾਂ ਦੇ ਇੱਕ ਰਾਜਨੀਤਿਕ ਪਹੁੰਚ ਹੁੰਦੀ ਹੈ, ਰਾਜਨੀਤਿਕ ਸੂਝ ਹੁੰਦੀ ਹੈ, ਆਪਸੀ ਇੱਕ ਰਿਲੇਸ਼ਨ ਹੁੰਦੇ ਨੇ, ਬਹੁਤ ਹਰ ਪੱਧਰ 'ਤੇ ਹੁੰਦੇ ਨੇ, ਪਾਰਟੀ ਟੇਬਲ 'ਤੇ ਹੁੰਦੇ ਆ, ਪਾਰਟੀ ਤੋਂ ਬਾਹਰ ਵੀ ਹੁੰਦੇ ਆ, ਜਾਤੀ ਵੀ ਹੁੰਦੇ ਆ, ਜਮਾਤੀ ਵੀ ਹੁੰਦੇ ਆ, ਸਿਆਸੀ ਵੀ ਹੁੰਦੇ ਆ, ਉਹ ਜਿਹੜੇ ਸੀ ਉੱਥੇ ਗੜਬੜ ਹੋ ਰਹੀ ਸੀ। ਅਸਲ ਜਿਹੜੀ ਪਬਲਿਕ ਸੀ ਉਹ ਸੰਤ ਜਰਨੈਲ ਸਿੰਘ ਨਾਲ ਖੜੀ ਸੀ, ਇੱਕ ਪਾਸੇ ਦਿੱਲੀ ਸਰਕਾਰ ਸੀ, ਉਹ ਪਬਲਿਕ ਉਹਨਾਂ ਤੋਂ ਹੋ ਗਈ ਸੀ ਨਿਰਾਸ਼, ਪਰ ਉਹ ਇਸ ਗੱਲ ਨੂੰ ਸਮਝ ਨਹੀਂ ਪਾਏ। ਉਹਨਾਂ ਨੇ ਮਤਲਬ ਕਿ ਕੋਸ਼ਿਸ਼ ਇਹੋ ਜਿਹੀ ਕੀਤੀ ਵੀ ਕਿਸੇ ਢੰਗ ਨਾਲ ਮਤਲਬ ਕਿ ਇਹ ਗੱਲ ਜਿਹੜੀ ਨਿਪਟ ਨਾ ਪਾਏ, ਉਹ ਵਿਚਾਲੇ ਉਲਝਦੇ ਰਹੇ ਵੀ ਤੁਹਾਡਾ ਕੀ। ਤੁਸੀਂ ਇਸ਼ਾਰਾ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਔਰ ਹੋਰ ਸਿਆਸੀ ਜਿਹੜੇ ਲੀਡਰ ਆ ਉਹਨਾਂ ਵੱਲ ਕਰ ਰਹੇ ਜੀ? ਦੇਖੋ, ਮੈਂ ਜਿੱਥੇ ਤੱਕ ਸੰਤ ਲੌਂਗੋਵਾਲ ਦੀ ਗੱਲ ਕਰਾਂ, ਠੀਕ ਹੈ ਅੱਜ ਉਹ ਸੰਸਾਰ 'ਚ ਨਹੀਂ ਰਹੇ, ਪਰ ਸੰਤ ਟੌਹੜਾ ਸਾਹਿਬ ਵੀ ਨਹੀਂ ਰਹੇ। ਹਾਂ, ਟੌਹੜਾ ਸਾਹਿਬ ਵੀ ਨਹੀਂ ਰਹੇ, ਹੋਰ ਵੀ ਬਹੁਤ ਸਾਰੇ ਨਹੀਂ ਰਹੇ, ਉਹਨਾਂ ਬਾਰੇ ਕੋਈ ਕਹਿਣਾ ਚੰਗਾ ਨਹੀਂ ਲੱਗਦਾ ਮੈਂ। ਪਰ ਜਾਤੀ ਤੌਰ 'ਤੇ ਮੈਂ ਸਮਝਦਾ ਕਿ ਸਰਦਾਰ ਸੰਤ ਲੌਂਗੋਵਾਲ ਜਿਹੜਾ ਸੀ ਇੱਕ ਸ਼ਰੀਫ ਵਿਅਕਤੀ ਸੀ ਜੀ। ਟੌਹੜਾ ਸਾਹਿਬ ਬੜੇ ਤੇਜ਼ਤਰਾਰ ਲੀਡਰ ਸਨ ਜੀ, ਪਰ ਬੇਈਮਾਨ ਉਹ ਵੀ ਨਹੀਂ ਸਨ ਇਸ ਕਦਰ ਤੱਕ ਜਿਸ ਕਦਰ ਤੱਕ ਇਹ ਕੁਛ ਹੋ ਗਿਆ ਜੀ। ਇਹਨਾਂ ਦੇ ਦਰਮਿਆਨ ਵੀ ਕੁਝ ਐਸੇ ਲੋਕ ਸਨ
ਜਿਹੜੇ ਮਤਲਬ ਕਿ ਜ਼ਿਆਦਾ ਰਾਜਨੀਤੀ ਦੇ ਨੇੜੇ ਸਨ, ਕਿਉਂਕਿ ਇਹਨਾਂ ਦੇ ਚਿਹਰੇ ਮੋਹਰੇ ਦੂਜਾ ਤੀਜਾ ਤਾਂ ਆਮ ਤੌਰ 'ਤੇ ਲੋਕਾਂ 'ਚ ਵਿਚਰਨ ਵਾਲੇ ਬੰਦੇ ਸਨ, ਧਾਰਮਿਕ ਕੇਡਰ 'ਚੋਂ ਆਏ ਲੋਕ ਸਨ, ਬਹੁਤ ਉਹ ਲੋਕ ਸਨ ਜਿਹਨਾਂ ਦਾ ਬਿਲਕੁਲ ਹੀ ਸਿਆਸਤ ਅਤੇ ਸਿਆਸਤ ਨੂੰ ਵਪਾਰ ਸਮਝ ਕੇ ਜਿਹੜੇ ਲੋਕ ਵਿੱਚ ਆਏ ਸਨ ਉਹਨਾਂ ਨੇ ਜ਼ਿਆਦਾ ਖਰਾਬੀ ਕੀਤੀ। ਉਹ ਅੱਜ ਵੀ ਉਹਨਾਂ 'ਚੋਂ ਕੁਝ ਲੋਕ ਹਨ, ਹਾਂ ਹੈਗੇ ਆ ਜੀ, ਹੈਗੇ ਜੀ। ਉਹ ਇੱਕ ਛੋਟ ਭਾਈ ਬਲਵੰਤ ਸਿੰਘ ਕੀ ਨਾਂ ਸੀ, ਸਰਦਾਰ ਬਲਵੰਤ ਸਿੰਘ ਹੁੰਦੇ ਸੀ, ਉਹ ਵਪਾਰੀ ਕਿਸਮ ਦੇ ਰਾਜਨੀਤਿਕ ਜਿਹੜੇ ਲੋਕ ਸੀ ਨਾ ਉਹ ਆਪਣੇ ਵਪਾਰ ਦੀ ਖੇਡ ਖੇਡਦੇ ਸੀ, ਨਾ ਕਿ ਉਹਨਾਂ ਦਾ ਬਲਵੰਤ ਸਿੰਘ ਜਿਹੜੇ ਫਾਈਨੈਂਸ ਮਿਨਿਸਟਰ ਹਾਂ ਹਾਂ ਇਸ ਲੈਵਲ ਦੇ ਆਦਮੀ ਜੀ। ਇੱਕ ਹੋਰ ਸੱਜਣ ਸਾਡੇ ਨਾਲ ਜੁੜੇ ਆ, ਉਹ ਦੇਖਦੇ ਆ ਉਹ ਕੀ ਕਹਿੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲਾਸ ਏਂਜਲਸ ਤੋਂ। ਹਾਂਜੀ ਸ਼ਮਸ਼ੇਰ ਸਿੰਘ ਜੀ, ਸ਼ਮਸ਼ੇਰ ਸਿੰਘ ਜੀ ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜ਼ਰੂਰੀ ਨਹੀਂ ਸੀ, ਜ਼ਰੂਰੀ ਨਹੀਂ ਸੀ, ਪਰ ਸ਼ਮਸ਼ੇਰ ਸਿੰਘ ਜੀ ਉਸ ਵੇਲੇ ਕਿਉਂਕਿ ਅੰਦਰ ਵੀ ਹਥਿਆਰਬੰਦ ਲੋਕ ਸਨ, ਤੁਹਾਨੂੰ ਕੀ ਲੱਗਦਾ ਵਾ ਕੀ ਤਰੀਕਾ ਢੰਗ ਤਰੀਕਾ ਲੱਭਿਆ ਜਾ ਸਕਦਾ ਸੀ? ਕੋਈ ਹੋਰ ਤਰੀਕੇ ਵੀ ਬੜੇ ਲੱਭੇ, ਪਰ ਗੱਲ ਦਾ ਵੀ ਇਹਦੇ ਬਾਰੇ ਮੈਂ ਇੱਕ ਕਮੈਂਟ ਦੇਣਾ ਚਾਹਾਂਗਾ ਕਿ ਭਾਰਤ ਸਰਕਾਰ ਲਈ ਇਹ ਹਮਲਾ ਕਰਨਾ ਬੇਹੱਦ ਜ਼ਰੂਰੀ ਸੀ, ਕਿਉਂਕਿ ਸ਼੍ਰੀਮਤੀ ਇੰਦਰਾ ਗਾਂਧੀ ਤਾਂ ਇਸ ਹਮਲੇ ਤੋਂ ਬਹੁਤ ਚਿਰ ਪਹਿਲਾਂ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਰਾਇ ਮਸ਼ਵਰਾ ਕਰਕੇ ਫੈਸਲਾ ਲੈ ਚੁੱਕੀ ਸੀ। ਸੋ ਤੁਹਾਨੂੰ ਲੱਗਦਾ ਵਾ ਵੀ ਉਹਨਾਂ ਨੇ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਉਹ ਤਾਂ ਉਦੋਂ ਬਿਨਾਂ ਤਾਂ ਸਾਰੀ ਨਹੀਂ ਸੀ ਸਕਦਾ ਜੇ ਉਹਨੇ ਅਗਲੀਆਂ ਚੋਣਾਂ ਜਿੱਤਣੀਆਂ ਨੇ। ਬਾਕੀ ਇੱਕ ਲਾਈਨ ਦੀ ਮੈਂ ਗੱਲ ਹੋਰ ਕਹਾਂਗਾ, ਜਿਵੇਂ ਅੱਜ ਕੱਲ੍ਹ ਇਹ ਕਿਹਾ ਜਾ ਰਿਹਾ ਨਾ ਵੀ ਕੁਛ ਅਕਾਲੀ ਨੇਤਾ ਵੀ ਇਹਦੇ ਵਿੱਚ ਸਹਿਮਤ ਹੈ ਹਮਲੇ 'ਚ ਜਾਂ ਅਡਵਾਨੀ ਸਾਹਿਬ ਨੇ ਰਾਇ ਦਿੱਤੀ, ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ 1980-82 ਦਾ ਸ਼੍ਰੀਮਤੀ ਇੰਦਰਾ ਗਾਂਧੀ ਦਾ ਰਾਜ ਜਿਨ੍ਹਾਂ ਨੇ ਆਪਦੇ ਨੰਗੇ ਪਿੰਡੇ 'ਤੇ ਹੰਢਾਇਆ ਉਹ ਜਾਣਦੇ ਸਨ ਕਿ ਇਹ ਆਗੂ ਇੰਦਰਾ ਸਾਹਮਣੇ ਕਿਹੜੇ ਬਾਗ ਦੀ ਮੂਲੀ ਸਨ। ਮੈਂ 28 ਮਈ ਨੂੰ ਗ੍ਰਿਫਤਾਰੀ ਦਿੱਤੀ ਸੀਗੀ ਅਤੇ 30 ਤਰੀਕ ਨੂੰ ਮੈਂ ਵਾਪਸ ਆਇਆ ਸੀ, ਹਾਲਾਂਕਿ ਉਸ ਦਿਨ ਨਛੱਤਰ ਸਿੰਘ ਭਲਵਾਨ ਦੀ ਦਾ ਟਾਈਮ ਸੀਗਾ, ਸੰਤਾਂ ਨੇ ਕਿਹਾ ਵੀ ਭਲਵਾਨ ਸਾਹਿਬ ਤੁਸੀਂ ਇੱਥੇ ਰਹੋ, ਇਹ ਮਲੇਰਕੋਟਲੇ ਤੋਂ ਆਏ ਹੋਏ ਨੇ ਮੁਸਲਮਾਨ ਭਰਾ ਨੇ, ਇਹਨਾਂ ਨੂੰ ਪਹਿਲਾਂ ਜਾਣ ਦਿਓ ਜੀ। ਅਸੀਂ ਅੱਜ ਕਈ ਵਾਰ ਮੈਂ ਅਰਦਾਸ ਕਰਦਾ ਹੁੰਦਾ ਵੀ ਅਸੀਂ ਕਿਉਂ ਨਾ ਉੱਥੇ ਰਹੇ, ਅਸੀਂ ਕਿਉਂ ਨਾ ਸ਼ਹੀਦੀਆਂ ਪਾਈਆਂ, ਨਛੱਤਰ ਸਿੰਘ ਨੇ ਕਿਉਂ ਪਾਈਆਂ। ਥੈਂਕ ਯੂ ਵੈਰੀ ਮੱਚ। ਸ਼ਮਸ਼ੇਰ ਸਿੰਘ ਜੀ, ਤੁਸੀਂ ਆਪ ਕਿਹੜੇ ਪਿੰਡ ਤੋਂ ਜੇ? ਮੈਂ ਪਿੰਡ ਅਹਿਮਦ ਮਲੇਰਕੋਟਲੇ ਦੇ ਨਾਲ ਆ ਬੌੜ ਹਾਈ ਕਲਾਂ। ਸੋ ਤੁਸੀਂ ਉਹ ਜਿਹੜਾ ਜੱਥਾ ਸੰਗਰੂਰ ਤੋਂ ਆਇਆ ਸੀ ਉਹਦੇ ਨਾਲ ਹੀ ਆਏ ਸੀ? ਹਾਂਜੀ, ਜਿਹੜਾ ਜੱਥਾ ਸੰਗਰੂਰ ਤੋਂ ਆਇਆ ਸੀ ਤੁਸੀਂ ਉਹਦੇ ਉਸੇ ਜੱਥੇ ਦੇ ਨਾਲ ਆਏ ਸੀ ਜਾਂ ਉਸ ਤੋਂ ਪਹਿਲਾਂ ਆਏ ਸੀ? ਨਹੀਂ, ਵੱਖਰਾ ਸੀ, ਵੱਖਰੇ ਆਏ ਸੀ। ਬਹੁਤ ਬਹੁਤ ਸ਼ਮਸ਼ੇਰ ਸਿੰਘ ਜੀ ਧੰਨਵਾਦ, ਤੁਸੀਂ ਇਹ ਸਾਨੂੰ ਜਾਣਕਾਰੀ ਵੀ ਦਿੱਤੀ, ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ। ਮੈਂ ਇੱਕ ਵਾਰੀ ਫਿਰ ਆਪਣੇ ਜਿਹੜੇ ਸਰੋਤੇ ਆ ਸਾਡੇ ਵਿਊਅਰਸ ਆ ਦਰਸ਼ਕ ਆ ਉਹਨੂੰ ਦੱਸ ਦੇਵਾਂ ਕਿ ਅੱਜ ਮੇਰੇ ਨਾਲ ਨੇ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਮਾਹੌਲ ਕੀ ਬਣਿਆ ਜੂਨ 1, 2 ਅਤੇ 3 ਨੂੰ, ਔਰ ਮੇਰੇ ਨਾਲ ਨੇ ਇਸ ਵੇਲੇ ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ। ਸੋ ਤੁਸੀਂ ਜੇ ਮੈਨੂੰ ਸਵਾਲ ਪੁੱਛਣਾ ਚਾਹੁੰਦੇ ਜੇ ਤਾਂ ਮੈਨੂੰ ਪੁੱਛ ਸਕਦੇ ਜੇ ਭਾਈ ਮੋਹਕਮ ਸਿੰਘ ਤੋਂ ਕੋਈ ਗੱਲ ਪੁੱਛਣੀ ਚਾਹੁੰਦੇ ਜੇ ਉਸ ਵੇਲੇ ਦੀ, ਕਿਉਂਕਿ ਇਹ ਉਸ ਵੇਲੇ ਕੰਪਲੈਕਸ ਦੇ ਵਿੱਚ ਮੌਜੂਦ ਸਨ। 3 ਤਰੀਕ ਤੋਂ ਬਾਅਦ ਇਹ ਸੰਤ ਜਰਨੈਲ ਸਿੰਘ ਦੇ ਨਾਲ ਤਾਂ ਨਹੀਂ ਸਨ, ਕਿਉਂਕਿ ਸੰਤ ਜਰਨੈਲ ਸਿੰਘ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸਨ, ਇਹ ਦੂਸਰੇ ਪਾਸੇ ਸਨ, ਪਰ ਅੰਦਰ ਦਾ ਮਾਹੌਲ ਬਾਰੇ ਇਹਨਾਂ ਨੂੰ ਕਾਫੀ ਜਾਣਕਾਰੀ ਹੈ। ਇੱਕ ਹੋਰ ਸੱਜਣ ਜਿਹੜੇ ਆ ਦੇਖਦੇ ਆ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ, ਹਾਂਜੀ ਸੰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਤਪਾਲ ਸਿੰਘ ਬੋਲ ਰਿਹਾ ਜੀ ਟੋਰਾਂਟੋ ਤੋਂ। ਟੋਰਾਂਟੋ ਤੋਂ ਕੌਣ ਬੋਲ ਰਹੇ? ਸਿਮਰਤਪਾਲ ਸਿੰਘ ਮੇਰਾ ਨਾਮ ਹੈ ਜੀ। ਹਾਂਜੀ ਇੰਦਰਪਾਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਮੈਂ ਇਹ ਕਹਿਣਾ ਚਾਹੁੰਦਾ ਸੰਧੂ ਸਾਹਿਬ ਕਿ ਇਹ ਜਿਹੜਾ ਜੂਨ 1984 ਦਾ ਜਿਹੜਾ ਹਮਲਾ ਦਰਬਾਰ ਸਾਹਿਬ ਦੇ ਉੱਤੇ ਹੋਇਆ ਬਿਲਕੁਲ ਗੈਰ ਜ਼ਰੂਰੀ ਸੀ। ਸਰਕਮਸਟਾਂਸਿਸ ਭਾਵੇਂ ਉਸ ਸਮੇਂ ਕਿਹੋ ਜਿਹੇ ਵੀ ਹੋਣ ਪਰ ਇਹਨੂੰ ਹਰ ਕੀਮਤ 'ਤੇ ਅਵੋਇਡ ਕੀਤਾ ਜਾ ਸਕਦਾ ਸੀ ਜੀ।
ਕਿ ਅਵੋਇਡ ਕਰਨਾ ਚਾਹੀਦਾ ਸੀ। ਇਹਦੇ ਵਾਸਤੇ ਮੈਂ ਸਿਰਫ ਇਹਦੇ ਵਾਸਤੇ ਇੰਦਰਾ ਗਾਂਧੀ ਹੋਰ ਜਿਹੜੀ ਸੈਂਟਰ ਦੀ ਲੀਡਰਸ਼ਿਪ ਸੀ ਉਹ ਤਾਂ ਜ਼ਿੰਮੇਵਾਰ ਹੈਗੇ ਆ, ਪਰ ਮੈਂ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਜਿਹੜੀ ਹੈਗੀ ਆ ਉਹਨੂੰ ਵੀ ਇਹਦੇ ਵਾਸਤੇ ਰਿਸਪੋਂਸੀਬਲ ਸਮਝਦਾ, ਜਿਹਨਾਂ ਚੋਂ ਕੁਛ ਹੁਣ ਦੁਨੀਆਂ ਤੇ ਨਹੀਂ ਰਹੇ ਤੇ ਕੁਛ ਹਜੇ ਵੀ ਪੰਜਾਬ ਦੇ ਵਿੱਚ ਸੱਤਾ ਦੇ ਕਾਇਮ। ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿਵੇਂ ਇਹਦੇ ਵਾਸਤੇ ਜ਼ਿੰਮੇਵਾਰ ਸੀ ਜੀ? ਇਹ ਇੱਕ ਉਹ ਮੈਂ ਇਹ ਸਮਝਦਾ ਸੰਧੂ ਸਾਹਿਬ ਕਿ ਇਹ ਜਿਹੜੀ ਪੋਲੀਟੀਕਲ ਸਿਚੁਏਸ਼ਨ ਉਸ ਸਮੇਂ ਦੀ ਸੀਗੀ ਉਹਨੂੰ ਜੇ ਪ੍ਰੋਪਰਲੀ ਹੈਂਡਲ ਕੀਤਾ ਜਾਂਦਾ, ਜੇ ਟੈਕਟਫੁਲੀ ਹੈਂਡਲ ਕੀਤਾ ਜਾਂਦਾ ਤਾਂ ਇਸ ਚੀਜ਼ ਨੂੰ ਸਾਰੀ ਨੂੰ ਇਸ ਲੈਵਲ ਤੱਕ ਪਹੁੰਚਣ ਨਹੀਂ ਸੀ ਦੇਣਾ ਚਾਹੀਦਾ। ਇੰਦਰਪਾਲ ਜੀ ਬਹੁਤ ਬਹੁਤ ਧੰਨਵਾਦ। ਮੈਂ ਇੱਕ ਮਿੰਟ ਭਾਈ ਮੋਹਕਮ ਸਿੰਘ ਨੂੰ ਇਸ ਡਿਸਕਸ਼ਨ 'ਚ ਲਿਆਉਣਾ ਚਾਹੁੰਦਾ। ਭਾਈ ਮੋਹਕਮ ਸਿੰਘ, ਤੁਸੀਂ ਇਹ ਦੱਸੋ ਜਿਵੇਂ ਉਹ ਕਹਿ ਰਹੇ ਆ ਕਿ ਸਿੱਖ ਲੀਡਰਸ਼ਿਪ ਵੀ ਜ਼ਿੰਮੇਵਾਰ ਸੀ, ਤੁਹਾਨੂੰ ਲੱਗਦਾ ਵੀ ਉਸ ਵੇਲੇ ਜੂਨ 1-2-3 ਨੂੰ ਕੋਈ ਅੰਦਰ ਦੀ ਜਿਹੜੀ ਸਿਆਸੀ ਸਿੱਖ ਲੀਡਰਸ਼ਿਪ ਸੀ ਕੋਈ ਉਹ ਇਹੋ ਜਿਹਾ ਕਦਮ ਚੁੱਕ ਸਕਦੀ ਸੀ ਜਿਹਦੇ ਨਾਲ ਇਹ ਜਿਹੜਾ ਇਹ ਘਟਨਾ ਟਲ ਸਕਦੀ ਸੀ? ਦੇਖੋ, ਇਹਨਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਸੀ ਉਹ ਸਰਕਾਰ ਦੇ ਨਾਲ ਹੋਈਆਂ, ਇੱਕ 5-ਮੈਂਬਰੀ ਕਮੇਟੀ ਦੀਆਂ ਹੋਈਆਂ, ਫਿਰ ਉਹਨਾਂ ਵਿੱਚੋਂ ਸੰਤ ਲੌਂਗੋਵਾਲ ਨੇ ਇੱਕ ਛੋਟੀ ਕਮੇਟੀ 3-ਮੈਂਬਰੀ ਕਮੇਟੀ ਕਰ ਦਿੱਤੀ ਸੀ ਜਿਹਦੇ 'ਚ ਸਰਦਾਰ ਬਰਨਾਲਾ ਜੀ, ਬਲਵੰਤ ਸਿੰਘ ਅਤੇ ਵਾਹਿਗੁਰੂ ਸਰਦਾਰ ਰਵਿੰਦਰ ਸਿੰਘ ਸਨ। ਪਹਿਲੀ ਸੰਤ ਲੌਂਗੋਵਾਲ, ਬਾਦਲ, ਟੌੜਾ ਅਤੇ ਬਰਨਾਲਾ ਅਤੇ ਇੱਕ ਹੋਰ ਸੱਜਣ ਸੀ, ਪੰਜ, ਇਹ ਪੰਜਾਂ ਦੀ ਵੱਖਰੀ ਕਮੇਟੀ ਸੀ, 5-3 ਆ। ਇਹਨਾਂ 'ਤੇ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ, ਇਸ ਤੋਂ ਜ਼ਰਾ ਵੀ ਨਹੀਂ ਹੈਗਾ। ਸਮੱਸਿਆ ਜਿਹੜੀ ਗੱਲ ਦੀ ਅਸਲ ਸਮੱਸਿਆ ਜਿਹੜੀ ਹੈ ਅਕਾਲੀ ਦਲ ਨੂੰ ਵੀ ਇੱਕ ਹੈਗੀ ਸੀ, ਸੈਂਟਰ ਨੂੰ ਵੀ ਹੈਗੀ ਸੀ, ਕਿ ਆਮ ਪਬਲਿਕ ਦਾ ਲੀਡਰ ਸਨ ਜਰਨੈਲ ਸਿੰਘ ਬਣ ਗਿਆ ਸੀ, ਜਿਹੜਾ ਕਿ ਮੂਲੋਂ ਮੁੱਢੋਂ ਹੀ ਨਾ ਰਾਜਨੀਤਿਕ ਸੀ, ਪਾਰਟੀ ਦਾ ਕਿਸੇ ਨਾਲ ਸੰਬੰਧ ਨਾ ਕਾਂਗਰਸ ਨਾਲ, ਨਾ ਅਕਾਲੀ ਦਲ ਨਾਲ, ਨਾ ਕਿਸੇ ਹੋਰ ਨਾਲ। ਅਤੇ ਉਹ ਇਹਨਾਂ ਨੂੰ ਰਾਜਨੀਤਿਕ ਪਿੜ ਤੋਂ, ਪਬਲਿਕ ਦੇ ਪਿੜ ਤੋਂ ਇਹਨਾਂ ਨੂੰ ਥੋੜ੍ਹਾ ਅਖੇੜ ਚੁੱਕਾ ਸੀ ਜੀ। ਇਹ ਦੋਵੇਂ ਧਿਰਾਂ ਹੀ ਉਸ ਜਗ੍ਹਾ 'ਤੇ ਵਾਪਸ ਆਉਣਾ ਚਾਹੁੰਦੀਆਂ ਸਨ, ਪਰ ਉਹ ਇੰਨਾ ਚੇਤੰਨ ਸੀ ਕਿ ਉਹ ਉਹ ਇਸ ਗੱਲ ਨੂੰ, ਹਰ ਗੱਲ ਨੂੰ ਸਮਝਦਾ ਸੀ। ਜਿਵੇਂ ਕਿ ਇਹ ਹੂ ਬਹੂ ਘਟਨਾ ਦੁਆਰਾ ਵਾਪਰੀ, ਇੱਕ ਮਿਸਾਲ ਵਜੋਂ ਜਿਵੇਂ 1999 ਵਿੱਚ ਉਸ ਤੋਂ ਬਾਅਦ ਸਰਦਾਰ ਮਾਨ ਅਤੇ ਉਹ ਧਿਰ ਆ ਗਈ, ਅਕਾਲੀ ਦਲ ਅਤੇ ਕਾਂਗਰਸ ਦੋਨਾਂ ਦੀ ਇੱਕ ਮਜਬੂਰੀ ਸੀ ਵੀ ਜਿੰਨਾ ਚਿਰ ਇਹ ਪਾਸੇ ਨਹੀਂ ਹੁੰਦੇ ਉਨ੍ਹਾਂ ਚਿਰ ਅਕਾਲੀ ਕਾਂਗਰਸ ਦੀ ਜਿਹੜੀ ਵਾਰੀ ਆਉਂਦੀ ਹੈ ਨਾ ਲਗਾਤਾਰ, ਇਹ ਨਹੀਂ ਆ ਸਕਦੀ। ਸੋ ਦੋਨਾਂ ਦੀਆਂ ਕਿਸੇ ਨਾ ਕਿਸੇ ਜਗ੍ਹਾ 'ਤੇ ਕੜੀਆਂ ਜੁੜ ਜਾਂਦੀਆਂ ਸਨ, ਰਿਸ਼ਤੇਦਾਰੀਆਂ ਦੀਆਂ ਸਨ। ਕਹਿਣ ਦਾ ਮਤਲਬ ਹੈ ਵੀ ਸ਼ਾਇਦ 1984 'ਚ ਵੀ ਸਰਕਾਰ ਦੀ ਔਰ ਕੁਝ ਅਕਾਲੀ ਲੀਡਰਾਂ ਦੀ ਸ਼ਾਇਦ ਜਿਹੜੀ ਕੜੀ ਸੀ ਉਹ ਜੁੜੀ ਆਪਸ ਦੇ ਵਿੱਚ ਜੁੜੀ ਸੀ, ਔਰ ਉਹ ਚਾਹੁੰਦੇ ਸੀ ਵੀ ਸੰਤ ਜਰਨੈਲ ਸਿੰਘ ਨੂੰ ਇੱਕ ਪਾਸੇ ਕੀਤਾ ਜਾਵੇ, ਔਰ ਫਿਰ ਹੀ ਅਸੀਂ ਅੱਗੇ ਚੱਲ ਸਕਦੇ। ਦੋਨਾਂ ਦੀ ਮਜਬੂਰੀ ਸੀ, ਰਾਜਨੀਤਿਕ ਮਜਬੂਰੀ ਸੀ, ਇਹ ਦੋਵੇਂ ਪਿੰਡ ਤੋਂ ਪਾਸੇ ਜਾ ਰਹੇ ਸੀ। ਤੀਜੀ ਗੱਲ ਸੀ ਕਿ ਸੰਤ ਜਰਨੈਲ ਸਿੰਘ ਇਹਦੇ ਨਾਲ ਨਾਲ ਇੱਕ ਫੈਡਰੇਸ਼ਨ ਵਰਗੀ ਜਥੇਬੰਦੀ ਨੂੰ ਸਿਆਸੀ ਤੌਰ 'ਤੇ ਉਭਾਰ ਵੀ ਰਹੇ ਸਨ। ਓਕੇ, ਇਹਦੇ ਸੰਕੇਤ ਬੜੇ ਡੂੰਘੇ ਸਨ ਜੀ। ਭਾਈ ਮੋਹਕਮ ਸਿੰਘ, ਆਪਾਂ ਹੁਣੇ ਵਾਪਸ ਆਉਂਦੇ ਹਾਂ, ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਕੀ ਆਪਰੇਸ਼ਨ ਬਲੂ ਸਟਾਰ ਟਲ ਸਕਦਾ ਸੀ, ਇਹ ਮਸਲਾ ਅਸੀਂ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੀ, ਕੀ ਇਹ ਆਪਰੇਸ਼ਨ ਟਲ ਸਕਦਾ ਸੀ, ਕੀ ਕੋਈ ਹੋਰ ਕੋਈ ਢੰਗ ਤਰੀਕਾ ਲੱਭਿਆ ਜਾ ਸਕਦਾ ਸੀ ਕਿ ਇਹ ਖੂਨ ਖਰਾਬਾ ਜਿਹੜਾ ਵਾ ਇਹ ਨਾ ਹੋਵੇ। ਬਹੁਤ ਸਾਰੇ ਸ਼ਰੋਤਾ ਜਿਹੜੇ ਆ ਸਾਡੇ ਨਾਲ ਇਸ ਵੇਲੇ ਜੁੜੇ ਆ, ਉਹ ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਲ ਬੋਲਦਾ ਹਾਂ ਯੂ ਐਸ ਤੋਂ। ਹਾਂਜੀ ਹਾਂਜੀ ਪ੍ਰਗਟ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ, ਵਧੀਆ ਜੀ। ਹਾਂਜੀ ਪ੍ਰਗਟ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਕਹਿਣਾ ਕੀ ਹੈ ਜੀ, ਬੜਾ ਮਨ ਦੁਖੀ ਹੁੰਦਾ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੋ ਜਾਂਦਾ ਜੀ, ਤੇ ਭਾਈ ਸਾਹਿਬ ਨੂੰ ਤੁਸੀਂ, ਭਾਈ ਸਰਦਾਰ ਮੋਹਕਮ ਸਿੰਘ ਹੋਣਾ ਨੂੰ ਤੁਸੀਂ ਰੂਬਰੂ ਕਰਕੇ ਮੂੰਹ ਬੋਲ ਦੀ ਤਸਵੀਰ ਇਹਨਾਂ ਸਾਰੀ ਵੇਖੀ ਹੋਈ ਹੈ, ਤੇ ਬਾਅਦ ਚ ਵੀ ਜਿੰਨਾ ਇਹਨਾਂ ਦੁੱਖ ਹੰਢਾਇਆ ਮੇਰਾ ਖਿਆਲ ਕਿਸੇ ਲੀਡਰ ਨੇ ਵੀ ਨਹੀਂ ਹੰਢਾਇਆ ਜੀ। ਜੀ ਜੀ, ਤੇ ਕੁਰਸੀ 47 ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਹਿਸਾਬ ਕੀਤਾ ਜਾਵੇ, ਕੁਰਸੀਆਂ ਨੇ ਕੌਮ ਨੂੰ ਮਰਵਾਇਆ,
ਕਿ ਅਟੈਕ ਵੀ ਹੁਣ ਬਚ ਸਕਦਾ ਸੀ, 1978 ਵਾਲੀ ਜਿਹੜੀ ਨਿਰੰਕਾਰੀ ਕਾਂਡ ਹੋਇਆ ਸੀ ਉਹ ਵੀ ਬਚ ਸਕਦਾ ਸੀ, ਕਿਸੇ ਧਰਮ ਯੁੱਧ ਮੋਰਚਾ ਨਹੀਂ ਲਾਉਣਾ ਪਿਆ, ਪੰਜਾਬੀ ਸੂਬੇ ਦਾ ਮੋਰਚਾ ਲਾਇਆ, ਕਿੰਨੇ ਸੂਬੇ ਬਣ ਗਏ ਬਾਅਦ 'ਚ, ਇਹ ਸਾਰੇ ਕੇਂਦਰ ਦੀ ਨੀਤ ਮਾੜੀ ਆ ਅਤੇ ਸਾਡੇ ਲੀਡਰਾਂ ਦੀ ਕੁਰਸੀ ਸੋਚ ਮਾੜੀ ਆ, ਕੁਰਸੀ ਸੋਚ ਕਰਕੇ ਸਾਰਾ ਕੁਝ ਹੋਇਆ, ਨਹੀਂ ਤਾਂ ਰੋਕਿਆ ਜਾ ਸਕਦਾ, ਅੱਜ ਵੀ ਉਸੇ ਹਾਲਾਤ ਵਿੱਚ ਚੱਲੀ ਜਾਣ ਡੀ, ਕੱਲ੍ਹ ਕੌਮ ਭਾਵੇਂ ਢੱਠੇ ਖੂਹ 'ਚ ਪਵੇ, ਇਹਨਾਂ ਭਾਈ ਸਾਹਿਬ ਹੋਣਾਂ ਦੀ ਤਾਂ ਬਹੁਤ ਕੁਰਬਾਨੀ ਆ, ਦਮਦਮੀ ਟਕਸਾਲ ਵਾਲਿਆਂ ਦਾ ਇਤਿਹਾਸ ਹੀ ਏਡਾ ਵੱਡਾ, ਬਾਬਾ ਦੀਪ ਸਿੰਘ ਤੋਂ ਬਾਅਦ ਸਾਰੇ ਹੀ, ਅਤੇ ਪਿੰਡਰਾਂਵਾਲੇ ਸਾਹਿਬ ਨੇ ਤਾਂ ਪੂਰਾ ਜ਼ੋਰ ਲਾ ਦਿੱਤਾ, ਫਿਰ ਕੌਮ ਨੂੰ ਕਾਇਮ ਕਰ ਲਈ, ਅਤੇ ਜਦੋਂ ਉਸ ਤੋਂ ਬਾਅਦ ਫਿਰ ਬਣਾਏ ਗਏ ਕੋਈ ਮੁਖੀਆ ਕਾਲ ਤਖ਼ਤ ਅਤੇ ਜੈਦਾਰ ਸਾਹਿਬ ਹੁਣ ਭਾਈ ਰਾਮ ਸਿੰਘ ਹੁਣਾਂ ਨੂੰ ਸਰੋਪਾ ਪਾ ਕੇ ਮੁਖੀ ਬਣਾਇਆ, ਅਤੇ ਮੁੜ ਕੇ ਉਹਨਾਂ ਜਰਾ ਕਿ ਥੋੜ੍ਹਾ ਜਿਹਾ ਕੌਮ ਦੀ ਗਵਾਹੀ ਕਰਨੀ ਚਾਹੀਦੀ, ਅਤੇ ਬਾਬੇ ਘੁੰਮਾ ਜੀ ਨੂੰ ਤਾਂ ਚੁੱਕ ਦਿੱਤਾ, ਕਦੀ ਇਸ ਟਕਸਾਲ 'ਚ ਦੋ ਧੜੇ ਨਹੀਂ ਹੋਏ, ਉਹ ਵੀ ਦੋ ਹੋ ਗਏ, ਅਤੇ ਕੌਮ ਕਿੱਧਰ ਨੂੰ ਜਾਊ, ਧੰਨਵਾਦ ਜੀ, ਇਹ ਲੀਡਰਾਂ ਦਾ ਹੀ ਸਾਰਾ ਦੋਸ਼ ਹੈ ਜੀ। ਮਿਹਰਬਾਨੀ ਪ੍ਰਗਟ ਸਿੰਘ ਬਲ ਜੀ, ਇਨਫੈਕਟ ਉਹ ਆਉਂਦੇ ਜੀ ਸਾਰਾ ਹੀ ਲੀਡਰਾਂ ਦਾ ਹੀ ਇਹ ਦੋਸ਼ ਆ, ਖੈਰ ਇਹ ਦੇਖਦੇ ਹਾਂ ਆਪਣੇ ਅਗਲੇ ਸ਼ਰੋਤਾ ਕੀ ਕਹਿੰਦੇ ਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੀਤ ਸਿੰਘ ਸੂਚ ਬੋਲਦਾ, ਕੈਲੀਫੋਰਨੀਆ ਤੋਂ, ਐਂਟੀਆਕ ਸਿਟੀ ਆਫ ਐਂਟੀਆਕ ਚੋਂ। ਹਾਂਜੀ ਹਾਂਜੀ ਅਜੀਤ ਸਿੰਘ ਜੀ, ਸਵਾਗਤ ਹੈ, ਦੱਸੋ ਤੁਹਾਡਾ ਕੀ ਵਿਚਾਰ ਆ। ਜਿਵੇਂ ਭਾਈ ਸਾਹਿਬ ਜੀ ਦੱਸ ਰਹੇ ਆ ਵੀ ਉੱਥੇ ਦਾ ਮਾਹੌਲ 5-7-10 ਦਿਨ ਪਹਿਲਾਂ ਖਰਾਬ ਹੋ ਚੁੱਕਾ ਸੀ, ਵੀ ਲੱਗਦਾ ਸੀ ਕੁਛ ਹੋਣ ਵਾਲਾ ਆ ਜੀ, ਉਹਦਾ ਕੀ ਜਥੇਬੰਦੀਆਂ ਦਾ ਮਾਹੌਲ ਖਰਾਬ ਸੀ ਕਿ ਬਾਹਰਲੀ ਪੁਲਿਸ ਵਾਲਿਆਂ ਦਾ ਮਾਹੌਲ ਖਰਾਬ ਕੀਤਾ, ਮਾਹੌਲ ਕਿਵੇਂ ਖਰਾਬ ਹੋਇਆ? ਤੇ ਦੂਸਰੀ ਬੇਨਤੀ ਹੈ ਵੀ ਜਿਹੜੀ 1 ਤਰੀਕ ਨੂੰ ਕਹਿੰਦੇ ਆ 1 ਜੂਨ ਨੂੰ ਗੋਲੀ ਚੱਲੀ, ਦੁਪਹਿਰ ਨੂੰ ਗੋਲੀ ਚੱਲੀ, ਉਹ ਗੋਲੀ ਕਿਸ ਨੇ ਚਲਾਈ ਆ, ਪੁਲਿਸ ਨੇ ਚਲਾਈ ਆ, ਆਪ ਜਥੇਬੰਦੀ ਨੇ ਚਲਾਇਆ? ਇਹਦਾ ਜਿਹੜਾ ਏਡਾ ਬੜਾ ਮਾਹੌਲ ਖਰਾਬ ਹੋਇਆ, ਗੌਰਮੈਂਟ ਨੂੰ ਏਡਾ ਬੜਾ ਸਟੈਪ ਲੈਣਾ ਪਿਆ, ਉਹਦਾ ਵੱਡਾ ਕਾਰਨ ਕੀ ਸੀਗਾ? ਦੇਖੋ ਭਾਈ ਮੁਕਮ ਸਿੰਘ, ਦੋ ਬੜੇ ਉਹਨਾਂ ਨੇ ਅਹਿਮ ਸਵਾਲ ਪੁੱਛੇ ਆ। ਇੱਕ ਉਹਨਾਂ ਨੇ ਕਿਹਾ ਵਾ ਵੀ ਤੁਸੀਂ ਕਿਹਾ ਵੀ ਅੰਦਰ ਮਾਹੌਲ ਜਿਹੜਾ ਸੀਗਾ ਉਹ ਖਰਾਬ ਹੋਇਆ ਸੀਗਾ, ਇਹ ਕਿੰਨੇ ਮਾਹੌਲ ਖਰਾਬ ਕੀਤਾ ਸੀ? ਬਾਹਰੋਂ ਜਿਹੜੀ ਪੁਲਿਸ ਫਾਇਰਿੰਗ ਕਰ ਰਹੀ ਸੀ, CRPF BSF ਫਾਇਰਿੰਗ ਕਰ ਰਹੀ ਸੀ, ਜਾਂ ਜਿਹੜੇ ਅੰਦਰ ਜਥੇਬੰਦੀਆਂ ਸੀ ਜਿਹੜੇ ਹਥਿਆਰਬੰਦ ਬੰਦੇ ਸੀਗੇ, ਉਹਨਾਂ ਨੇ ਮਾਹੌਲ ਖਰਾਬ ਕੀਤਾ ਜਾਂ ਦੋਵਾਂ ਨੇ ਕੀਤਾ? ਦੇਖੋ ਜਿਹੜਾ ਮੇਰਾ ਸੀ ਨਾ ਵੀ ਉਸ ਸਮੇਂ ਦਾ ਵਾਤਾਵਰਨ ਦੀ ਮੈਂ ਗੱਲ ਕੀਤੀ ਵੀ ਵਾਤਾਵਰਨ ਜਿਵੇਂ ਅੰਮ੍ਰਿਤਸਰ ਸ਼ਹਿਰ ਦਾ ਵਾਤਾਵਰਨ ਕਹਿ ਲਓ, ਪੰਜਾਬ ਦਾ ਵਾਤਾਵਰਨ ਕਹਿ ਲਓ, ਕੰਪਲੈਕਸ ਦੇ ਅੰਦਰ ਵੀ ਇੱਕ ਦੂਜੇ ਨਾਲ ਕੰਨ ਨਾ ਕੱਲ ਗੱਲ ਪੁੱਛਣੀ, ਇੱਕ ਦੂਜੇ ਨੂੰ ਕੀ ਹੋ ਰਿਹਾ ਕੀ ਹੋਏਗਾ, ਯਾਨੀ ਕਿ ਇੱਕ ਨਾ ਅਵਿਸ਼ਵਾਸ ਜਿਹਾ ਵਾਲਾ ਮਾਹੌਲ ਬਣਿਆ ਹੋਇਆ ਸੀ, ਮੇਰਾ ਉਹ ਇਸ ਤੋਂ ਮਕਸਦ ਸੀ ਇੰਨਾ ਹੀ। ਜਿਹੜਾ ਤੁਸੀਂ ਕਿਹਾ ਵੀ ਆਪਸ ਦੇ ਵਿੱਚ ਕੋਈ ਅੰਧ ਵਿਸ਼ਵਾਸ ਜਾਂ ਅਵਿਸ਼ਵਾਸ ਜਿਹੜਾ ਬਣਿਆ ਸੀਗਾ, ਨਹੀਂ ਨਹੀਂ ਐਸਾ ਨਹੀਂ, ਮਤਲਬ ਇੱਕ ਨੂੰ ਦੂਜਾ ਪੁੱਛ ਰਿਹਾ ਸੀ ਕੀ ਹੋਣ ਵਾਲਾ, ਦੂਜਾ ਪੁੱਛ ਰਿਹਾ ਕੀ ਹੋਣ ਵਾਲਾ, ਇਹ ਫੋਰਸ ਇੰਨੀ ਕਿਉਂ ਲੱਗ ਗਈ ਹੈ, ਕਿਉਂ ਉਹ ਉੱਤੇ ਮੋਰਚਿਆਂ ਚੱਲ ਰਹੇ ਆ, ਕਿਉਂ ਕੋਈ ਬਾਹਰੋਂ ਸਮਾਨ ਆ ਰਿਹਾ, ਕੋਈ ਆਖਰ ਸਾਰਾ ਕੁਝ ਅੱਖੀਂ ਦੇਖ ਰਹੇ ਆ ਨਾ ਵੀ ਕੋਈ CRP ਆ ਰਹੀ ਹੈ, BASF ਚੱਕੀ ਆ ਰਹੀ ਹੈ, ਕੋਈ ਫੌਜ ਦੇ ਬੰਦੇ ਵੀ ਜਿਹੜੇ ਆ। ਮੋਗਮ ਸਿੰਘ ਅੰਦਰ ਵੀ ਮੇਰੇ ਖਿਆਲ ਆ ਦਮਦਮੀ ਟਕਸਾਲ ਔਰ ਬੱਬਰ ਖਾਲਸਾ ਦੇ ਵਿੱਚ ਵੀ ਕਾਫੀ ਤਣਾਅ ਸੀ ਉਸ ਸਮੇਂ? ਨਹੀਂ ਜੀ, ਉਸ ਸਮੇਂ ਬੱਬਰ ਖਾਲਸਾ ਅਤੇ ਦਮਦਮੀ ਟਕਸਾਲ 'ਚ ਉਸ ਸਮੇਂ ਕੋਈ ਤਣਾਅ ਨਹੀਂ ਸੀ, ਉਹ ਇਸ ਤੋਂ 6 ਮਹੀਨੇ ਪਹਿਲਾਂ ਉਹ ਨਾਨਕ ਨਿਵਾਸ ਦੀ ਘਟਨਾ ਸੀ, ਉਹ ਤਾਂ ਉਦੋਂ ਹੀ ਮੁੱਕ ਗਈ ਸੀ, ਉਹਦੇ ਨਾਲ ਉਹਦਾ ਉਸ ਸਮੇਂ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਸੀ ਹੈਗਾ, ਉਸ ਸਮੇਂ ਤਾਂ ਸਗੋਂ ਨਾ ਵਿਚਾਲੇ ਪੈ ਕੇ ਕੁਝ ਬਹੁਤ ਸਾਰੇ ਬੰਦਿਆਂ ਨੇ ਉਹਨੂੰ ਬਹੁਤ ਨੇੜੇ ਲੈ ਆਉਂਦਾ ਸੀ, ਇਹ ਸੱਚਾਈ ਆ। ਔਰ ਉਸ ਸਮੇਂ ਸੰਤ ਜਰਨੈਲ ਸਿੰਘ ਹੋਣਾਂ ਨੇ ਉਹਨਾਂ ਨੂੰ ਸਮਾਨ ਵੀ ਬਹੁਤ ਦਿੱਤਾ ਜਿਹੜੀ ਉਹਨਾਂ ਨੂੰ ਜ਼ਰੂਰਤ ਸੀ, ਔਰ ਉਹਨਾਂ ਨੇ ਕਿਹਾ ਜਿੰਨਾ ਚਾਹੀਦਾ ਲੈ ਜਾਓ, ਇਹ ਹਿਸਟੋਰੀਕਲੀ ਤੱਥ ਨੇ, ਤੁਹਾਡੇ ਸਾਹਮਣੇ ਆ ਸਕਦੇ, ਕਈ ਥਰ ਪੁੱਛ ਸਕਦੇ ਤੁਸੀਂ। ਔਰ ਜਿਹੜੀ 1 ਤਰੀਕ ਦੀ ਜਿਹੜੀ ਫਾਇਰਿੰਗ ਆ, ਇੱਕ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਉਹ ਫਾਇਰਿੰਗ ਜਿਹੜੀ ਆ ਉਹ ਕਿਹਦੇ ਵੱਲੋਂ ਫਾਇਰਿੰਗ ਹੋਈ, ਅੰਦਰੋਂ ਫਾਇਰਿੰਗ ਹੋਈ ਜਾਂ ਬਾਹਰੋਂ ਹੋਈ? ਸੰਤ ਜਰਨੈਲ ਸਿੰਘ ਉੱਤੇ ਭਾਸ਼ਣ ਕਰ ਰਹੇ ਸੀ ਲੰਗਰ ਸਾਹਿਬ ਦੇ ਉੱਤੇ, ਅਤੇ CRP ਵਾਲਿਆਂ ਦੇ ਸਾਹਮਣੇ ਮੋਰਚੇ ਸੀ, ਉਹਨਾਂ ਨੇ ਉੱਥੋਂ ਫਾਇਰਿੰਗ ਕੀਤੀ ਸੰਤ ਜਰਨੈਲ ਸਿੰਘ ਦੇ ਉੱਤੇ ਅਸਲ ਵਿੱਚ।
ਅੱਛਾ ਹੋਇਆ ਕਿ ਉੱਥੇ ਪਬਲਿਕ ਬਹੁਤ ਸੀ, ਇੱਕ ਪਾਸੇ ਬਿਲਡਿੰਗਾਂ ਸੀ, ਉਹ ਇੰਨੀ ਤੇਜ਼ੀ ਨਾਲ ਜਦੋਂ ਫਾਇਰਿੰਗ ਆਰੰਭ ਹੋਈ ਹੈ ਅਤੇ ਉਹ ਜਾਂ ਤਾਂ ਨਿਸ਼ਾਨੇ ਉੱਕ ਗਏ ਜਾਂ ਕੀ ਹੋਇਆ, ਉਹ ਸਮਝ ਰਹੇ ਸੀ ਇੱਕ ਸਕਿੰਟ 'ਚ ਹੀ ਥੱਲੇ ਉੱਤਰ ਗਏ ਉਹ ਉੱਪਰਲੀ ਛੱਤ ਤੋਂ ਥੱਲੇ ਆ ਕੇ ਜਦੋਂ ਬਿਲਡਿੰਗ ਦੇ ਵਿੱਚ ਬੰਦਾ ਵੜ ਜਾਂਦਾ ਤਾਂ ਉਹ ਕੁਦਰਤੀ ਹੁੰਦਾ ਕਿ ਉਸ ਜਗ੍ਹਾ 'ਤੇ ਉਹ ਫਿਰ ਚੀਜ਼ ਨਹੀਂ ਆਉਂਦੀ। ਇਹ ਮਤਲਬ ਕਿ ਕਿਸੇ ਅਫਸਰ ਨੇ ਆਪ ਆਪਣੇ ਹੱਥੀਂ ਆਰੰਭ ਕੀਤੀ ਹੈ ਲੜਾਈ ਜਾਂ ਅਚਾਨਕ ਇਹ ਸਿਪਾਹੀ ਫੌਜੀ ਨੇ ਆਰੰਭ ਕਰ ਦਿੱਤੀ ਹੈ, ਇਹ ਤਾਂ ਉਹ ਜਾਣ ਸਕਦੇ ਆ। ਪਰ ਉਹ 1 ਤਰੀਕ ਨੂੰ ਜਿਹੜੀ ਗੋਲਾਬਾਰੀ ਹੋਈ ਉਹ ਸਾਰੀ CRP ਨੇ ਕੀਤੀ ਸੀ। ਅਤੇ ਜਦੋਂ CRPF ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਫਿਰ ਅੰਦਰੋਂ ਵੀ ਫਾਇਰਿੰਗ ਦਾ ਜਵਾਬ ਦਿੱਤਾ ਗਿਆ? ਨਹੀਂ ਜੀ, ਸੰਤਾਂ ਦਾ ਇਹ ਪਹਿਲਾਂ ਹੀ ਹਦਾਇਤ ਕੀਤੀ ਹੋਈ ਸੀ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਉਹ ਜਦੋਂ ਇਕੱਠੇ ਕੀਤੇ ਸੀ ਵੀ ਅੰਦਰੋਂ ਕੋਈ ਬੰਦਾ ਫਾਇਰਿੰਗ ਨਹੀਂ ਕਰੇਗਾ, ਇਸ ਚੀਜ਼ ਤੋਂ ਤੁਸੀਂ ਬਚਣਾ ਬਿਲਕੁਲ, ਜਦੋਂ ਕੋਈ ਅੰਦਰ ਵੜੇ ਉਦੋਂ ਫਾਇਰਿੰਗ ਕਰਨੀ ਹੈ। ਆਪਾਂ ਮਤਲਬ ਕਿ ਸਰਕਾਰ ਦਾ ਅਸਲਾ ਜਾਂ ਸਰਕਾਰ ਦੀ ਜਿਹੜੀ ਚੀਜ਼ ਹੁੰਦੀ ਉਹਦਾ ਬੜਾ ਅੰਤਰ ਹੁੰਦਾ ਹੈ ਆਮ ਸਧਾਰਨ ਬੰਦੇ ਦਾ, ਵੀ ਇਹਨੂੰ ਬਚਾ ਕੇ ਰੱਖਣਾ ਔਰ ਆਪਾਂ ਲੜਾਈ ਤੋਂ ਬਚਣ ਦੀ ਅਤੇ ਟਾਲਣ ਦੀ ਕੋਸ਼ਿਸ਼ ਕਰਨਾ ਹੈ। ਇਹ ਸੰਤਾਂ ਦੀਆਂ ਹਦਾਇਤਾਂ ਸਨ। ਮਤਲਬ 1 ਅਤੇ 2 ਤਰੀਕ ਨੂੰ ਅੰਦਰੋਂ ਫਾਇਰਿੰਗ ਨਹੀਂ ਹੋਈ, 1 ਵੀ ਗੋਲੀ ਅੰਦਰੋਂ ਨਹੀਂ ਚੱਲੀ ਜੀ। ਇਹੀ ਸਰਕਾਰ ਵਾਸਤੇ ਮਜਬੂਰੀ ਸੀ ਕਿ 1 ਤਰੀਕ ਨੂੰ ਇੰਨਾ ਚਿਰ ਗੋਲੀ ਚਲਾ ਕੇ 5-6 ਘੰਟੇ ਅਤੇ ਉਹਨਾਂ ਨੂੰ ਫਿਰ ਬੰਦ ਹੀ ਕਰਨੀ ਪਈ ਕਿਉਂਕਿ 1 ਤਰਫਾ ਹੀ ਚੱਲ ਰਹੀ ਸੀ ਜੀ। ਜੇ ਅਗਲੇ ਪਾਸੇ ਵੀ ਥੋੜ੍ਹੀ ਬੜੀ ਚੱਲਦੀ ਤਾਂ ਉਹ ਉਦੋਂ ਹੀ ਆਰੰਭ ਹੋ ਜਾਣੀ ਸੀ, ਫਿਰ 4 ਤਰੀਕ ਡਿਕਣੀ ਨਹੀਂ ਸੀ ਜੀ। ਭਾਈ ਮੋਹਕਮ ਸਿੰਘ, ਦੇਖਦੇ ਹਾਂ ਆਪਣੇ ਅਗਲੇ ਸਰੋਤੇ ਜਿਹੜੇ ਆ ਉਹ ਕੀ ਦ੍ਰਿਸ਼ਟੀਕੋਣ ਰੱਖਦੇ ਆ। ਹੈਲੋ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਹਰਮਿੰਦਰ ਸਿੰਘ ਬੋਲਦਾ ਜੀ, ਮਲਵਾਕੀ ਤੋਂ ਜੀ। ਹਾਂਜੀ ਹਰਮਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਤੁਹਾਡਾ ਕੀ ਵਿਚਾਰ ਆ। ਹਾਂਜੀ ਹਾਂਜੀ ਸੰਧੂ ਸਾਹਿਬ, ਤੁਸੀਂ ਅੱਜ ਬਹੁਤ ਹੀ ਆਪਣੇ ਸਤਿਕਾਰਯੋਗ ਭਾਈ ਸਾਹਿਬ ਮੋਹਕਮ ਸਿੰਘ ਜੀ ਨੂੰ ਲੈ ਕੇ ਆਏ ਹੋ ਜੀ, ਜੋ ਇਹਨਾਂ ਨੇ ਤਾਂ ਬਹੁਤ ਵੱਡੀ ਕੁਰਬਾਨੀ ਹੈ ਜੀ ਇਹਨਾਂ ਦੀ, ਇਹਨਾਂ ਬਾਰੇ ਬਹੁਤ ਕੁਝ ਸੁਣਿਆ, ਬਹੁਤ ਹੀ ਸਾਫ ਸ਼ਬਦ ਦੇ ਬੰਦੇ ਨੇ। ਪਰ ਇਹਨਾਂ ਦੇ ਨਾਲ ਦੇ ਕੁਛ ਬੰਦੇ ਦੇਖੋ ਜੀ, ਆਪਣੇ ਮਹਿਤਾ ਚਾਵਲਾ ਹੋ ਗਿਆ ਜੀ ਅਤੇ ਬਲਟੋਏ ਹੋ ਗਏ ਜੀ, ਇਹ ਦੇਖੋ ਕਿੱਦਾਂ ਜਾ ਕੇ ਬਾਦਲ ਸਾਹਿਬ ਦੇ ਗੋਦੀ 'ਚ ਬੈਠੇ ਨੇ ਜੀ। ਜੀ ਹਰਮਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਭਾਈ ਮੋਹਕਮ ਸਿੰਘ, ਉਹਨਾਂ ਨੇ 3 ਨਾਂ ਖਾਸ ਕਰਕੇ ਲਏ ਆ, ਮਹਿਤਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਅਤੇ ਵਿਰਸਾ ਸਿੰਘ ਵਲਟੋਆ। ਇਹ ਜਿਹੜੇ ਸੱਜਣ ਆ, ਇਹ ਉਸ ਵੇਲੇ ਕਿਹੜੀ ਜਥੇਬੰਦੀ ਦੇ ਨਾਲ ਸੀ ਅਤੇ ਕਿੱਥੇ ਸੀ? ਇਹ ਜੀ ਫੈਡਰੇਸ਼ਨ ਦੇ ਆਗੂ ਸਨ 3 ਜੀ। ਮਹਿਤਾ ਸਾਹਿਬ ਮੇਰਾ ਖਿਆਲ ਆਰਗੇਨਾਈਜ਼ ਸਕੱਤਰ ਸਨ, ਦੂਜੇ ਜੁਆਇੰਟ ਸੈਕਟਰੀ ਸਨ ਚਾਵਲਾ ਜੀ, ਅਤੇ ਵਿਰਸਾ ਸਿੰਘ ਵਲਟੋਆ ਮੈਨੂੰ ਪੱਕਾ ਪਤਾ ਨਹੀਂ, ਸ਼ਾਇਦ ਦਫ਼ਤਰ ਸਕੱਤਰ ਸਨ, ਓਕੇ ਓਕੇ ਅੰਦਾਜ਼ਾ ਹੀ ਹੈ, ਮੈਂ ਗਲਤ ਨਹੀਂ ਕਹਿ ਸਕਦਾ ਕੁਛ। ਇਹ ਉਹਨਾਂ ਨਾਲ ਸੰਬੰਧਿਤ ਸਨ ਅਤੇ ਇਹ ਰਾਜਨੀਤਿਕ ਜਥੇਬੰਦੀ ਫੈਡਰੇਸ਼ਨ ਵੀ ਇੱਕ ਰਾਜਨੀਤਿਕ ਜਥੇ, ਉਸ ਦੇ ਹੀ ਮੈਂਬਰ ਸਨ। ਅਸਲ ਵਿੱਚ ਜਿਹੜੀ ਕਹਾਣੀ ਹੈ, ਦੇਖੋ ਮੇਰੇ ਨਾਲ ਤਾਂ ਇਹਨਾਂ ਦਾ ਹੁਣ ਕੋਈ ਨਹੀਂ ਹੈਗਾ, ਰਾਹ ਜਾਂਦਿਆਂ ਚਾਵਲਾ ਜੀ ਅਤੇ ਮਹਿਤਾ ਜੀ ਦੇ ਦਰਬਾਰ ਸਾਹਿਬ ਸਵੇਰੇ ਆਉਂਦੇ ਆ ਅਤੇ ਉਦੋਂ ਕਦੇ ਫਤਿਹ ਦੀ ਸਾਂਝ ਹੋ ਜਾਂਦੀ ਹੈ, ਪਿਆਰ ਨਾਲ ਮਿਲਦੇ ਗਿਲਦੇ ਹਾਂ। ਵਲਟੋਆ ਸਾਹਿਬ ਨਾਲ ਤਾਂ ਮੇਰਾ ਖਿਆਲ ਉਹ ਵੀ ਬਹੁਤ ਕਦੇ ਕੋਈ ਕਿਸੇ ਫੰਕਸ਼ਨ 'ਚ ਹੀ ਸਤਿ ਸ਼੍ਰੀ ਅਕਾਲ ਹੁੰਦੀ ਹੈ, ਘੱਟ ਹੁੰਦੀ ਹੈ। ਸਵਾਲ ਇਹ ਨਹੀਂ ਗਾ, ਸਵਾਲ ਇਹ ਆ ਕਿ ਇਹ ਬੰਦੇ ਬਾਦਲ ਨਾਲ ਚਲੇ ਗਏ ਜੀ। 2 ਤਰ੍ਹਾਂ ਦੀ ਧਾਰਾ ਪੰਜਾਬ 'ਚ ਚੱਲਦੀ, ਮੈਂ ਨਹੀਂ ਚਾਹੁੰਦਾ ਕਿ ਅੱਜ ਆਪਾਂ ਦਰਬਾਰ ਸਾਹਿਬ ਦੇ ਹਮਲੇ ਨਾਲ ਸੰਬੰਧਿਤ ਲੜਾਈ ਵਿੱਚ ਆਪਾਂ ਕੋਈ ਨਵੀਆਂ ਗੱਲਾਂ ਛੇੜੀਏ, ਕਿਉਂਕਿ ਫਿਰ ਆਪਣਾ ਟਾਈਮ ਬਹੁਤ ਉਹਦੇ 'ਚ ਚੱਲ ਜੂਗਾ। ਉਹ ਕੀ ਕਰ ਰਿਹਾ ਕੀ ਨਹੀਂ ਕਰਦੇ ਇਹਦੇ 'ਤੇ ਵੱਖਰਾ ਰੱਖ ਲਿਓ ਕਿਸੇ ਦਿਨ, ਆਪਾਂ ਉਸਦੇ ਉੱਤੇ ਖੁੱਲ੍ਹ ਕੇ ਗੱਲਾਂ ਕਰ ਲਾਂਗੇ। ਠੀਕ ਹੈ, ਮਿਹਰਬਾਨੀ। ਦੇਖਦੇ ਹਾਂ ਅਗਲੇ ਸ਼ਰੋਤਾ ਕੀ ਕਹਿੰਦੇ ਆ। ਹੈਲੋ। ਹੈਲੋ। ਹਾਂਜੀ 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 ਭਾਈ ਜਾਨ, ਤੁਸੀਂ ਔਨ 에ਅਰ ਜੇ, ਦੱਸੋ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ ਮੈਂ ਬਿਕਸਵੀਰ ਤੋਂ। ਹਾਂਜੀ ਰੇਸ਼ਮ ਸਿੰਘ ਬੋਲ ਰਿਹਾ ਜੀ ਬਿਕਸਵੀਰ ਤੋਂ। ਹਾਂਜੀ ਹਾਂਜੀ ਰੇਸ਼ਮ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਸੰਧੂ ਸਾਹਿਬ ਪਹਿਲਾਂ ਤਾਂ ਤੁਹਾਡਾ ਧੰਨਵਾਦ, ਚਲੋ ਤੁਸੀਂ ਇਹ ਜਿਹੜਾ
ਸਿਆਸੀ ਵਾਲਾ ਜਖਮ ਹੈ ਸਿੱਖਾਂ ਦਾ, ਇਹ ਭਰਨ ਵਾਲਾ ਤਾਂ ਨਹੀਂ ਹੈ, ਪਰ ਇਹਦੀ ਗੱਲ ਕਰਦੇ ਰਹਿਣਾ ਜ਼ਰੂਰੀ ਆ ਜੇ ਸਿੱਖਾਂ ਨੇ ਇਨਸਾਫ ਲੈਣਾ ਤਾਂ। ਜੀ ਜੀ, ਤੇ ਇੰਨੀ ਕੁ ਬੇਨਤੀ ਕਰਨੀ ਹੈ ਕਿ ਅਸੀਂ ਅੱਜ ਗੱਲ ਕਰਦੇ ਹਾਂ ਕਿ ਕਾਰਨ ਸੀਗੇ ਜਿਹਦੇ ਕਰਕੇ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਬਹੁਤ ਜ਼ਰੂਰੀ ਸਰਕਾਰ ਨੂੰ ਮਹਿਸੂਸ ਹੋਇਆ ਜਾਂ ਕਾਂਗਰਸ ਨੂੰ ਮਹਿਸੂਸ ਹੋਇਆ। ਉਹਦੇ 'ਚ ਇਹ ਆਪਾਂ 1947 ਤੋਂ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਅਸੀਂ ਲਗਾਤਾਰ ਜਿਹੜੇ ਸਿੱਖਾਂ ਇਤਿਹਾਸ ਜਿਹੜੇ ਅਤੇ ਉਹਨੂੰ ਬਾਤ ਕਰੀਏ ਤਾਂ ਅਸੀਂ ਬੜੇ ਸਾਰੇ ਰੈਫਰੈਂਸ ਦੇ ਸਕਦੇ ਹਾਂ ਕਿ ਜਵਾਹਰ ਲਾਲ ਨਹਿਰੂ ਨੇ ਕੀ ਕਿਹਾ, ਗਾਂਧੀ ਨੇ ਕੀ ਕਿਹਾ, ਉਸ ਤੋਂ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ, ਜਦੋਂ ਵੀ ਸਿੱਖਾਂ ਨੇ ਆਪਣੀ ਆਜ਼ਾਦੀ ਦੀ ਗੱਲ ਕੀਤੀ ਟਾਲ ਮਟੋਲ ਕੀਤਾ ਹੈ। ਉਸ ਤੋਂ ਬਾਅਦ ਜੋ ਕੁਛ 78 'ਚ ਹੋਇਆ ਰੇਸ਼ਮ ਸਿੰਘ ਜੀ, ਮਾਫ ਕਰਨਾ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਮੈਂ ਤੁਹਾਡੀ ਗੱਲ ਸਮਝ ਗਿਆ ਕਿ ਜੋ 1984 'ਚ ਹੋਇਆ ਉਹ ਸਿਰਫ 1984 ਜਾਂ 83 ਦੀਆਂ ਘਟਨਾਵਾਂ ਕਰਕੇ ਨਹੀਂ ਹੋਇਆ। ਤੁਸੀਂ ਕਹਿੰਦੇ ਜੇ ਵੀ ਇਹਦਾ ਇੱਕ ਇਤਿਹਾਸਿਕ ਕਾਰਨ ਆ ਔਰ ਇਤਿਹਾਸਿਕ ਬੈਕਗਰਾਊਂਡ ਆ ਜੋ ਕੁਝ ਵੀ ਉਸ ਵੇਲੇ ਹੋਇਆ, ਇਹ ਇੱਕ ਬਹੁਤ ਲੋਕਾਂ ਦੇ ਵਿੱਚ ਇਹ ਫੀਲਿੰਗ ਡੈਫੀਨੇਟਲੀ ਹੈ ਕਿ ਲਗਾਤਾਰ ਜੋ ਇੱਕ ਵਾਕਿਆ ਫਿਰ ਦੂਜਾ ਵਾਕਿਆ ਜੋ ਲਗਾਤਾਰ ਪਿਛਲੇ ਕੁਝ ਦਹਾਕਿਆਂ ਤੋਂ ਕੁਝ ਇੰਡੀਪੈਂਡੈਂਸ ਤੋਂ ਬਾਅਦ ਹੋ ਰਿਹਾ ਸੀਗਾ, ਉਹਦੀ ਇੱਕ ਤਰੀਕੇ ਨਾਲ ਕਲਬੀਨੇਸ਼ਨ ਸੀ ਜੋ 1984 ਦੇ ਵਿੱਚ ਹੋਇਆ। ਇਹ ਕਾਫੀ ਲੋਕ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨੇ। ਇਨਫੈਕਟ ਜਦੋਂ ਕਿਤੇ ਹਿਸਟਰੀ ਇਤਿਹਾਸ ਲਿਖਿਆ ਜਾਊਗਾ ਪੰਜਾਬ ਦਾ ਉਦੋਂ ਇਸ ਗੱਲ ਦੇ ਉੱਤੇ ਸਫਾਈ ਆ ਸਕੂਗੀ ਕਿ ਇਹ ਅਸਲੀਅਤ ਜਿਹੜੀ ਆ ਉਹ ਕੀ ਸੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਜੀ ਪਰਮਪ੍ਰੀਤ ਸਿੰਘ ਜੀ ਚਰਸੀ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਭਾਈ ਜਾਨ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸਰ ਮੇਰੇ ਕੁਇਕਲੀ ਦੋ ਸਵਾਲ ਨੇ ਮੁਕਮ ਸਿੰਘ ਜੀ ਕੋਲੋਂ, ਸਤਿਕਾਰਯੋਗ ਨੇ ਬੜੇ, ਤੇ ਉਹਨਾਂ ਨੇ ਉਹਨੇ ਕਿਹਾ ਸੀ ਕਿ ਲੌਂਗੋਵਾਲ ਸਾਹਿਬ ਤੇ ਕੋਟਕੋੜਾ ਸਾਹਿਬ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹੁਣ ਦੁਨੀਆਂ 'ਚ ਨਹੀਂ ਰਹੇ, ਪਰ ਇੱਕ ਸਵਾਲ ਬੜਾ ਵੱਡਾ ਜ਼ਹਿਨ ਛੁੱਟਦਾ। ਰੀਸੈਂਟਲੀ ਇੱਕ ਲੈਟਰ ਜਿਹੜਾ ਕਾਫੀ ਫੇਸਬੁੱਕ ਤੇ ਮਤਲਬ ਸਰਕੂਲੇਟ ਹੋਇਆ ਸੀਗਾ ਜਿਹਦੇ ਸੰਤ ਲੌਂਗੋਵਾਲ ਤੇ ਟੋੜਾ ਸਾਹਿਬ ਦੇ ਸਾਈਨ ਸੀਗੇ, ਜਿਹਦੇ ਵਿੱਚ ਲਿਖਿਆ ਹੋਇਆ ਸੀ ਜਿਹੜਾ ਕਿ ਰਾਜੀਵ ਗਾਂਧੀ ਜੀ ਨੂੰ ਤੇ ਇੰਦਰਾ ਗਾਂਧੀ ਨੂੰ ਲਿਖਿਆ ਗਿਆ ਸੀ ਕਿ ਉਹਦੇ 'ਚ ਕਲੀਅਰਲੀ ਲਿਖਿਆ ਸੀ ਕਿ ਸੰਤ ਜਰਨੈਲ ਸਿੰਘ ਸਾਡੇ ਕਹਿਣੇ 'ਚ ਨਹੀਂ ਹੈ ਤੇ ਜੋ ਅਸੀਂ ਸੋਚਿਆ ਹੋਇਆ ਸੀ ਉਹ ਕੀਤਾ ਜਾਵੇ, ਤੇ ਉਹ ਪੂਰੀ ਜਿਹੜੀ ਡਿਟੇਲ ਹੈਗੀ ਸੀ ਉਹਨਾਂ ਨੇ ਲਿਖੀ ਹੋਈ ਸੀ ਕਿ ਜਿਹੜੀ ਕਾਰਵਾਈ ਉਹਨਾਂ ਨੇ ਮਿੱਥੀ ਹੋਈ ਸੀ ਉਹਨਾਂ ਦੀ ਮੀਟਿੰਗ। ਦੂਜਾ ਇੱਕ ਇਹਨਾਂ ਤੋਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੇ ਹਰਮਿੰਦਰ ਸਿੰਘ ਸੰਧੂ ਸੀ ਉਹ ਕਾਫੀ ਕਲੋਜ਼ ਸੀਗੇ ਉਦੋਂ ਸੰਤ ਜਰਨੈਲ ਸਿੰਘ ਜੀ ਦੇ, ਉਹਨਾਂ ਦਾ ਆਫਟਰਵਰਡ ਕੀ ਹੋਇਆ ਉਹਦਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ, ਜੇ ਇਹ ਮੈਨੂੰ ਦੱਸ ਸਕਣ। ਭਾਈ ਮੋਹਨ ਸਿੰਘ, ਉਹਨਾਂ ਨੇ ਕਿਹਾ ਵਾ ਕਿ ਸੰਤ ਲੌਂਗੋਵਾਲ ਵੱਲੋਂ ਇੱਕ ਕੋਈ ਚਿੱਠੀ ਲਿਖੀ ਗਈ ਹੈ, ਇਨਫੈਕਟ ਚਿੱਠੀ ਦਾ ਕਾਫੀ ਦੁਬਾਰਾ ਦੁਬਾਰਾ ਜ਼ਿਕਰ ਹੁੰਦਾ ਰਹਿੰਦਾ ਵਾ, ਤੁਹਾਨੂੰ ਲੱਗਦਾ ਵਾ ਵੀ ਉਹ ਚਿੱਠੀ ਜਿਹੜੀ ਆ ਜਿਹੜੀ ਇਸ ਵੇਲੇ ਪਬਲਿਕ ਡੋਮੇਨ ਦੇ ਵਿੱਚ ਆ ਉਹ ਸਹੀ ਚਿੱਠੀ ਆ, ਵਾਕਈ ਉਹ ਚਿੱਠੀ ਲਿਖੀ ਗਈ ਆ ਜਾਂ ਉਹ ਇੱਕ ਫੈਬਰੀਕੇਸ਼ਨ ਆ ਉਹ ਝੂਠ ਹੈ? ਦੇਖੋ ਜੀ, ਮਤਲਬ ਕਿ ਜਦੋਂ ਸਮਾਂ ਬੀਤਦਾ ਨਾ ਉਹਦੇ ਨਾਲ ਕਈ ਗੱਲਾਂ ਵੀ ਆਪਣੇ ਆਪ ਨੂੰ ਪਾਸੇ ਪਾਸੇ ਲੈ ਜਾਂਦੀਆਂ ਨੇ ਜੀ। ਜਦੋਂ ਇਹ ਦਰਬਾਰ ਸਾਹਿਬ ਦੇ ਹਮਲਾ ਹੈ ਉਸ ਤੋਂ ਬਾਅਦ ਫੌਰੀ ਇਹ ਗੱਲ ਜਿਹੜੀ ਸੀ ਓਪਨਲੀ ਸਾਹਮਣੇ ਆ ਗਈ ਸੀ ਵੀ ਚਿੱਠੀਆਂ ਗਈਆਂ ਨੇ ਜੀ। ਉਹ ਕਿਹੜੀਆਂ ਚਿੱਠੀਆਂ ਗਈਆਂ, ਕਿਹੜੀਆਂ ਨਹੀਂ ਗਈਆਂ, ਇਹਨਾਂ ਬਾਰੇ ਤਾਂ ਹੁਣ ਪੱਕਾ ਸਬੂਤ ਜਿਹੜਾ ਦੇ ਕੇ ਆਇਆ ਲੈ ਕੇ ਆਇਆ ਉਹ ਕਹਿ ਸਕਦਾ, ਪਰ ਚਿੱਠੀਆਂ ਗਈਆਂ ਨੇ, ਕਈ ਕੁਝ ਹੋਇਆ। ਮੈਂ ਇਸ ਕਰਕੇ ਇਸ ਗੱਲ ਤੋਂ ਥੋੜ੍ਹਾ ਜਿਹਾ ਪਾਸੇ ਗੱਲ ਲਿਜਾ ਕੇ ਗੱਲ ਕਰਨਾ ਚਾਹੁੰਦਾ ਸੀ ਕਿ ਜਿਸ ਦਰਬਾਰ ਸਾਹਿਬ ਦੇ ਹਮਲੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਜਦੋਂ ਆਪਾਂ ਸੱਜੇ ਖੱਬੇ ਦੇ ਸਵਾਲ ਪਾਲਾਂਗੇ ਨਾ, ਕਿਤੇ ਬਾਬਾ ਰਾਮ ਸਿੰਘ ਦੇ, ਬਾਬਾ ਹਰਨਾਮ ਸਿੰਘ ਦੇ, ਕਿਤੇ ਮਹੀਤੇ ਦੇ, ਚਾਵਲੇ ਦੇ, ਕੋਹੜ, ਪਰ ਪਾਸੇ ਨਹੀਂ ਲੱਗਦਾ ਇਸ ਕੇਸ ਦੇ ਵਿੱਚ। ਇਹ ਜਿਹੜੀ ਚਿੱਠੀ ਦਾ ਜ਼ਿਕਰ ਹੋ ਰਿਹਾ ਇਹ ਬਹੁਤ ਜ਼ਰੂਰੀ ਹੈ। ਚਿੱਠੀ ਦਾ ਜ਼ਿਕਰ ਜਿਹੜਾ ਨਾ, ਦੇਖੋ ਇਹ ਸੱਚ ਹੈ ਕਿ ਬੇਈਮਾਨੀ ਤਾਂ ਉੱਥੇ ਹੀ ਆ ਗਈ ਸੀ ਉਹਨਾਂ 'ਚ ਜੀ, ਕਿ ਇੱਕ ਧਿਰ ਦੋ ਧਿਰਾਂ ਇਕੱਠੀਆਂ ਰਲ ਕੇ ਇੱਕ ਕੰਮ ਕਰ ਰਹੀਆਂ ਨੇ, ਦੋ ਭਾਈਵਾਲ ਨੇ ਇਕੱਠੇ, ਵਿਧੀ ਚੱਲ ਰਹੀ ਉਹਨਾਂ ਦੀ ਜੀ,
ਇੱਕ ਵੀਡੀਏ ਵਾਲੇ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਵੀ ਬਣਾ ਕੇ ਗੱਲਾਂ ਕਰ ਰਹੇ ਆ, ਤਿੰਨ ਬਣਾ ਕੇ ਵੀ ਗੱਲਾਂ ਕਰ ਰਹੇ, ਉਹ ਫੋਨਾਂ 'ਤੇ ਵੀ ਗੱਲਾਂ ਕਰ ਰਹੇ ਨੇ, ਉਹ ਇਕੱਲੇ ਵੀ ਕਰ ਰਹੇ ਨੇ, ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਉਹ ਸਾਹਮਣੇ ਆ। ਪਾਰਟੀ ਵਿੱਚ ਵੀ ਉਹ ਕਿੰਨਾ ਕੁ ਵਾਚਦੇ ਹੋਣਗੇ, ਕਿੰਨਾ ਕੁ ਨਹੀਂ ਵਾਚਦੇ ਹੋਣਗੇ, ਸੰਤ ਲੌਂਗੋਵਾਲ ਜਾਂ ਉਹਨਾਂ ਦੇ ਸਾਥੀ ਜਾਂ ਜੋ ਵੀ ਹੈਗਾ, ਉਹ ਪ੍ਰਧਾਨ ਸਨ, ਆਹ ਜ਼ਿੰਮੇਵਾਰੀ ਤਾਂ ਪ੍ਰਧਾਨ ਸਿਰ 'ਤੇ ਆਉਂਦੀ ਆ, ਉਹ ਜਾਣਦੇ ਆ। ਪਰ ਦੂਜੇ ਜਿਹੜਾ ਧਿਰ ਬਰਾਬਰ ਦੀ ਇੱਕ ਧਿਰ ਜਿਹੜੀ ਲੋਕਾਂ ਦੇ ਵਿੱਚ ਸਮਰਥਨ ਦੇ ਰਹੀ ਉਹਨਾਂ ਨੂੰ, ਜਿਹੜੀ ਲੋਕਾਂ ਨੂੰ ਜੁਟਾ ਰਹੀ ਉਹਨਾਂ ਦੇ ਨਾਲ, ਵੇਖ ਮੋਰਚੇ 'ਚ ਤੁਰੋ, ਗ੍ਰਿਫਤਾਰੀਆਂ ਦਿਓ, ਸਭ ਕੁਝ, ਕਿ ਉਹਨਾਂ ਕੋਲ ਕੋਈ ਆਦਮੀ ਨਹੀਂ ਸੀ ਹੈਗਾ ਜਿਹੜਾ ਉਹ ਕਮੇਟੀ ਵਿੱਚ ਜਾ ਸਕਦਾ ਸੀ, ਉਹਨਾਂ ਦੇ ਪੰਜ ਸੀ, ਉਹਨਾਂ ਦੇ ਇੱਕ ਵੀ ਜਾ ਸਕਦਾ ਕਿ ਜਦੋਂ ਗਏ ਸਰ ਜਰਨੈਲ ਸਿੰਘ ਦਾ ਕੋਈ ਰਾਫਤਾ ਸਰਕਾਰ ਦੇ ਨਾਲ ਸਿੱਧਾ ਸੀਗਾ, ਉਸਨੇ ਬੇਨਤੀ ਸੁਣੋ, ਜਦੋਂ ਪੰਜ ਗਏ ਆ ਕਿ ਉੱਥੇ ਅਮਰੀਕ ਸਿੰਘ ਛੇਵਾਂ ਨਹੀਂ ਜਾ ਸਕਦਾ, ਜਾਂ ਸੰਧੂ ਨਹੀਂ ਛੇਵਾਂ ਜਾ ਸਕਦਾ, ਜਾਂ ਜਨਰਲ ਸ਼ਵੇਕ ਸਿੰਘ ਨਹੀਂ ਜਾ ਸਕਦਾ, ਜਾਂ ਉਹਨਾਂ ਦੇ ਕੋਲ ਤਾਂ ਇੱਕ ਬਹੁਤ ਵੱਡਾ ਇੱਕ ਸਿਆਣੇ ਸਿਆਣੇ ਬੰਦਿਆਂ ਦਾ ਗਰੁੱਪ ਵੀ ਸੀ ਇੱਕ, ਸੋ ਕੀ ਉਹਨਾਂ ਦੇ ਨੁਮਾਇੰਦੇ ਨੂੰ ਸੱਦਾ ਹੀ ਨਾ ਦੇਣਾ, ਨਾਲ ਲਿਜਾਣਾ ਹੀ ਨਾ, ਇਹ ਇੱਕ ਆਪਣੇ ਆਪ ਹੀ ਯਾਰ ਕਰਦਾ ਹੈ ਕਿ ਕੁਛ ਗਲਤ ਹੋ ਰਿਹਾ ਸੀ। ਉਹ ਕੀ ਹੋ ਰਿਹਾ ਸੀ ਮੈਂ ਵਿੱਚ ਤਾਂ ਬੈਠਾ ਨਹੀਂ, ਮੈਂ ਕਹਿ ਕਹਿ ਦੇਵਾਂ, ਪਰ ਮੈਂ ਇਹ ਮੰਨਦਾ ਕਿ ਇਹ ਸਾਰਾ ਕੁਝ ਦੋਨਾਂ ਧਿਰਾਂ ਦੀ ਮਿਲੀ ਭੁਗਤ ਦੇ ਨਾਲ ਹੋਇਆ। ਉਹਦੇ 'ਚ ਕਿੰਨੀ ਕੁ ਮਿਲੀ ਭੁਗਤ ਲੌਂਗੋਵਾਲ ਦੀ ਹੈ, ਕਿੰਨੀ ਕੁ ਟੌੜਾ ਸਾਹਿਬ ਦੀ ਹੈ, ਜਾਂ ਕਿੰਨੀ ਕੁ ਬਲਵੰਤ ਸਿੰਘ ਦੀ ਹੈ, ਲੇਵਲ ਨੇ ਚਿੱਠੀਆਂ ਗਈਆਂ ਜ਼ਰੂਰ ਹੈ, ਇਹ ਚਿੱਠੀ ਜਿਹੜੀ ਹੈ ਇਹ ਸਹੀ ਹੈ ਕਿ ਨਹੀਂ ਹੈ ਇਹਦੇ ਬਾਰੇ ਨਹੀਂ ਜੀ, ਚਿੱਠੀ ਇਹ ਸਹੀ ਹੈ। ਓਕੇ, ਸਵਾਲ ਹੈ ਕਿ ਉਹਨਾਂ ਜਵਾਬ ਹੀ ਨਹੀਂ ਦਿੱਤਾ ਇਸ ਗੱਲ ਦਾ, ਖੰਡਨ ਹੀ ਨਹੀਂ ਕੀਤਾ, ਨਾ ਸੰਤ ਲੌਂਗੋਵਾਲ ਨੇ ਖੰਡਨ ਕੀਤਾ, ਨਾ ਅੱਜ ਤੱਕ ਸਰਦਾਰ ਬਾਦਲ ਨੇ ਖੰਡਨ ਕੀਤਾ, ਅਤੇ ਫਿਰ ਜਿਹੜੀ ਚਿੱਠੀ ਸਾਹਮਣੇ ਆ ਰਹੀ ਉਹ ਸੱਚ ਹੋਈ। ਓਕੇ, ਪਰ ਜਦੋਂ ਸੰਤ ਲੌਂਗੋਵਾਲ ਜੀਂਦੇ ਸੀਗੇ ਉਦੋਂ ਉਹਨਾਂ ਨੇ ਸ਼ਾਇਦ ਖੰਡਨ ਕੀਤਾ ਵੀ ਮੈਂ ਇਹੋ ਜਿਹੀ ਚਿੱਠੀ ਨਹੀਂ। ਨਹੀਂ ਜੀ ਨਹੀਂ, ਸੰਤ ਲੌਂਗੋਵਾਲ ਨੇ ਕੋਈ ਖੰਡਨ ਨਹੀਂ ਕੀਤਾ, ਉਹ ਤਾਂ ਉਸ ਸਮੇਂ ਇਗਨੋਰ ਕਰਦੇ ਸੀ ਕਿ ਅਕਾਲੀ ਦਲ ਹੀ ਇੱਕ ਜਥੇਬੰਦੀ ਹੈ, ਕੋਈ ਹੈ ਹੀ ਨਹੀਂ ਗੇ। ਇਹਦਾ ਮਤਲਬ ਹੈ ਵਿੱਚ ਹੋ ਸਕਦਾ ਇਹ ਜਿਹੜੀ ਚਿੱਠੀ ਹੈ ਸਹੀ ਹੋਵੇ, ਚਿੱਠੀ ਬਿਲ ਸਹੀ ਨਹੀਂ ਹੋਵੇਗੀ, ਹੈਗੀ ਹੈ, ਹੈਗੀ ਹੈ, ਸਹੀ ਹੈਗੀ। ਦੂਜਾ ਸਵਾਲ ਉਹ ਪੁੱਛ ਰਿਹਾ ਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਬਹੁਤ ਨਜ਼ਦੀਕੀ ਸਨ ਜਰਨੈਲ ਸਿੰਘ ਦੇ, ਉਹ ਬਾਅਦ ਦੇ ਵਿੱਚ ਮੇਰੇ ਖਿਆਲ ਅਰੈਸਟ ਹੋ ਗਏ, ਔਰ ਬਾਅਦ ਦੇ ਵਿੱਚ ਉਹ ਜੋਧਪੁਰ ਜੇਲ੍ਹ 'ਚ ਵੀ ਰਹੇ ਹੈ ਜੀ, ਔਰ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਹਾਂਜੀ, ਕਤਲ ਕਰਤਾ ਗਿਆ ਸੀ। ਠੀਕ ਹੈ, ਇਹ ਜਿੱਥੋਂ ਤੱਕ ਹਰਮਿੰਦਰ ਸਿੰਘ ਸੰਧੂ ਦਾ, ਮੈਂ ਜਾਤੀ ਤੌਰ 'ਤੇ ਹਰਮਿੰਦਰ ਸਿੰਘ ਸੰਧੂ ਨੂੰ ਬਹੁਤ ਇੱਜ਼ਤ ਅਤੇ ਮਾਣ ਦਿੰਦਾ, ਮੈਨੂੰ ਕਿਸੇ ਨਾਲ ਹੋਰ ਨਹੀਂ, ਕੋਈ ਇਹ ਗੱਲ ਨੂੰ ਸਮਝੇ ਨਾ ਸਮਝੇ, ਕਿ ਜੇ ਇੱਥੋਂ ਤੱਕ ਉਹਦੇ ਕੋਈ ਜ਼ਿੰਦਗੀ ਦੇ ਉੱਤੇ ਦਾਗ ਦੀ ਗੱਲ ਹੈ, ਜੇ ਤਾਂ 6 ਜੂਨ ਤੱਕ ਸੀ ਕੋਈ ਗੱਲ, ਤਾਂ ਉਹਦੀ ਜ਼ਿੰਮੇਵਾਰੀ ਸੰਤ ਜਰਨੈਲ ਸਿੰਘ ਦੀ ਸੀ, ਜੋ ਗਲਤ ਸੀ ਤਾਂ ਉਹਨੂੰ ਪਾਸੇ ਕਰਨਾ ਉਹਦੀ ਜ਼ਿੰਮੇਵਾਰੀ ਸੀ, ਸਾਡੀ ਨਹੀਂ। ਰਹੀ ਗੱਲ 6 ਜੂਨ ਤੋਂ ਲੈ ਕੇ ਉਹਦੇ ਰਿਹਾਈ ਤੱਕ, ਉਹ ਜੋਧਪੁਰ ਜੇਲ੍ਹ 'ਚ ਬੈਠਾ, ਦੋ ਬਾਹਰ ਆਏ ਉਹਨੂੰ ਸਿਰਫ ਹਫ਼ਤਾ ਜਾਂ 10 ਦਿਨ ਮਿਲੇ ਆ, 10 ਦਿਨਾਂ 'ਚ ਉਹਦੀ ਡੈਥ ਹੋ ਗਈ ਹੈ। 10 ਦਿਨਾਂ ਵਿੱਚ ਮੇਰਾ ਖਿਆਲ ਹੈ ਕਿ ਕੋਈ ਇਨਸਾਨ ਐਡਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਕਿ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ। ਇਹ ਆਪਣੇ ਆਪ ਹੀ ਮੈਂ ਸਮਝਦਾ ਵੀ ਇੱਕ ਬਹੁਤ ਗਲਤ ਘਟਨਾ ਹੋਈ ਹੈ, ਇਹਦੇ ਸਾਨੂੰ ਢਾਲਣਾ ਚਾਹੀਦਾ ਸੀ, ਜਿਸ ਜਿੱਦਾਂ ਵੀ ਹੋਈ ਹੈ ਮਾੜੀ ਹੋਈ ਹੈ। ਸੋ ਤੁਹਾਨੂੰ ਲੱਗਦਾ ਵਾ ਕਿ ਹਰਮਿੰਦਰ ਸਿੰਘ ਸੰਧੂ ਦੀ ਜਿਹੜੀ ਮੌਤ ਹੋਈ ਉਹ ਸ਼ਾਇਦ ਗਲਤ ਫਹਿਮੀ ਦੇ ਸ਼ਿਕਾਰ ਸਨ? ਹਾਂ, ਕੁਛ ਗਲਤ ਹੋਇਆ ਹੀ ਗਲਤ ਹੈ ਜੀ, ਉਹਦੇ ਨਾਲ ਆਪਸ ਵਿੱਚ ਇੱਕ, ਹੁਣ ਇੱਕ ਸਵਾਲ ਆਇਆ ਸੀ, ਮੈਂ ਉਸੇ ਨੂੰ ਗੱਲ ਕਰਦਾ, ਜਦੋਂ ਸੰਧੂ ਨੂੰ ਮਾਰ ਦਿੱਤਾ ਗਿਆ ਅਤੇ ਦੂਜੇ ਨੇ ਭੱਜ ਕੇ ਕਿਸੇ ਨਾ ਕਿਸੇ ਦੀ ਸਰਨ ਜਾਣਾ ਹੀ ਸੀ, ਉਹ ਅਕਾਲੀ ਦਲ ਦੀ ਸਰਨ ਚਲੇ ਗਏ, ਉਹਨਾਂ ਨੇ ਉਹਨਾਂ ਨੂੰ ਸੁਰੱਖਿਆ ਦੇ ਦਿੱਤੀ, ਗਲਤ ਹੈ। ਸਾਨੂੰ ਵੀ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਵੀ ਅਸੀਂ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ। ਜੀ ਜੀ ਬਿਲਕੁਲ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਆਹ ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਾਜਵੰਤ ਬੋਲਦਾ ਸੀਗਾ, ਮੈਂ ਫਰੀਮੌਂਟ ਤੋਂ, ਮੈਂ ਇੱਥੇ ਤੁਸੀਂ ਪ੍ਰੋਗਰਾਮ 'ਤੇ ਵੀ ਆਏ ਸੀ ਤੁਸੀਂ ਯਾਰ। ਹਾਂਜੀ ਹਾਂਜੀ ਹਾਂਜੀ, ਰਾਜਵੰਤ ਜੀ ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਤੁਹਾਡਾ ਕੀ ਵਿਚਾਰ ਹੈ। ਸੰਧੂ ਸਾਹਿਬ, ਮੇਰੇ 2-3 ਸਵਾਲ ਨੇ ਛੋਟੇ ਛੋਟੇ, ਅਤੇ ਪਹਿਲਾਂ ਤਾਂ ਇਹ ਆ ਵੀ ਜਿਹੜੇ 84 ਦੇ ਵਿੱਚ ਜਿਨ੍ਹਾਂ ਸਮੂਹ ਸਿੰਘਾਂ ਨੇ ਹਰਿਮੰਦਰ ਸਾਹਿਬ ਦੀ ਰਾਖੀ ਕਰਦੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਅਸੀਂ ਉਹਨਾਂ ਨੂੰ ਨਮਸਤਕ ਕਰਦੇ ਹਾਂ, ਉਹਨਾਂ ਨੂੰ ਸਲੂਟ ਕਰਦੇ ਹਾਂ, ਉਹਨਾਂ ਨੇ ਸਾਡੇ ਗੁਰਧਾਮ 'ਤੇ ਜਿੱਥੇ ਭਾਰਤੀ ਫੌਜ ਨੇ ਇਹ ਜਿਹੜਾ ਕਾਰਾ ਵਰਤਾਇਆ। ਦੂਸਰੀ ਗੱਲ ਮੇਰੀ ਇਹ ਕੁਐਸਚਨ ਇਹ ਆ
ਵੀ ਭਾਈ ਭਾਈ ਮੋਹਕਮ ਸਿੰਘ ਜੀ ਹੁਣੀ ਤੁਹਾਡੇ ਨਾਲ ਬੈਠੇ ਨੇ, ਬੜੇ ਸਤਿਕਾਰਯੋਗ ਹਸਤੀ ਨੇ। ਇਹਨਾਂ ਨੇ ਪਹਿਲਾਂ ਇਹ ਦਮਦਮੀ ਟਕਸਾਲ ਵਿੱਚ ਵੀ ਰਹੇ ਨੇ, ਫਿਰ ਅਖਬਾਰਾਂ 'ਚ ਖਬਰਾਂ ਆਈਆਂ ਵੀ ਇਹ ਆਮ ਆਦਮੀ ਪਾਰਟੀ ਚੱਲ ਗਿਆ, ਉੱਥੋਂ ਵੀ ਨਹੀਂ, ਫਿਰ ਇਹਨਾਂ ਨੇ ਯੂਨਾਈਟਡ ਅਕਾਲੀ ਦਲ ਬਣਾਇਆ। ਸੋ ਮੈਂ ਇਹਨਾਂ ਨੂੰ ਇੱਕੋ ਕੁਐਸਚਨ ਸੀਗਾ ਵੀ ਇਹ ਵਾਰ ਵਾਰ ਜਿਹੜੀ ਜਥੇਬੰਦੀ ਚੇਂਜ ਕਰਨ ਦਾ ਜਾਂ ਕੋਈ ਕੋਈ ਇਹਨਾਂ ਦਾ ਕੀ ਕਾਰਨ ਸੀਗਾ ਵੀ ਇਹਨਾਂ ਨੇ ਜਿਹੜਾ ਵਾਰ ਵਾਰ ਜਿਹੜਾ ਆਪਣਾ, ਕਿਉਂਕਿ ਯੂਨਾਈਟਡ ਅਕਾਲੀ ਦਲ ਦੇ ਭਾਈ ਜਿਹੜੇ ਸੰਤ ਸਿੰਘ ਦਾਦੂ ਬਲਜੀਤ ਸਿੰਘ ਦਾਦੂਵਾਲ ਨੇ, ਉਹ ਉਹਨਾਂ ਨੂੰ ਬਾਦਲ ਸਰਕਾਰ ਨੇ ਰਾਹਤ ਵੀ ਦਿੱਤੀ ਆ ਤੇ ਉਹਨਾਂ ਨੂੰ ਇੱਕ ਗੁਰਦੁਆਰੇ ਦਾ ਪ੍ਰਬੰਧ ਵੀ ਸੌਂਪਿਆ ਗਿਆ ਜੀ। ਇਹ ਕਾਰਨ ਕੀ? ਬਿਲਕੁਲ ਬਿਲਕੁਲ ਰਾਜਵੰਤ ਸਿੰਘ, ਤੁਹਾਡਾ ਸਵਾਲ ਬੜਾ ਕਲੀਅਰ ਆ। ਮੈਂ ਭਾਈ ਮੋਹਕਮ ਸਿੰਘ ਨੂੰ ਪੁੱਛਦਾ ਵਾਂ ਕਿ ਤੁਸੀਂ ਦੁਬਾਰਾ ਦੁਬਾਰਾ ਜਥੇਬੰਦੀਆਂ ਕਿਉਂ ਬਦਲ ਰਹੇ ਜੀ? ਬੇਨਤੀ ਇਸ ਤਰ੍ਹਾਂ ਜੀ, ਮੈਂ ਦਮਦਮੀ ਟਕਸਾਲ 'ਚ ਜੰਮਿਆ, ਦਮਦਮੀ ਟਕਸਾਲ 'ਚ ਸਾਰੀ ਜ਼ਿੰਦਗੀ ਮੇਰੀ ਗੁਜ਼ਾਰੀ ਹੈ। ਦਮਦਮੀ ਟਕਸਾਲ ਲਈ ਮੇਰੇ 5 ਪਰਿਵਾਰ ਦੇ ਜੀ ਵੀ ਸ਼ਹੀਦ ਹੋਏ ਆ, ਜੇਲ੍ਹਾਂ ਕੁੱਟਾਂ ਤੁਸੀਂ ਆ ਸਾਰਾ ਕੁਝ ਦਮਦਮੀ ਟਕਸਾਲ ਦੇ ਨਾਂ 'ਤੇ ਚੱਲਿਆ। ਸਵਾਲ ਇਹ ਆ ਕਿ ਆਪ ਵਿੱਚ ਮੈਂ ਇੱਕ ਵੀ ਦਿਨ ਆਪ ਪਾਰਟੀ ਦਾ ਨਾਂ ਮੈਂਬਰ ਬਣਿਆ ਸੀ? ਇੱਕ ਵੀ ਦਿਨ ਕੋਈ ਸਾਬਤ ਨਹੀਂ ਕਰ ਸਕਦਾ। ਹਾਂ, ਜਿਹੜੀ ਐਮ ਪੀ ਦੀ ਇਲੈਕਸ਼ਨ ਆਈ ਮਗਰਲੀ, ਅਸੀਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੋਨੋਂ ਤੋਂ ਦੁਖੀ ਸੀ ਜੀ। ਸਾਡੀ ਕੋਈ ਧਿਰ ਵੀ ਜਿਹੜੀ ਸੀ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਟ ਨਹੀਂ ਸੀ ਮਾਰ ਸਕਦੀ। ਸਾਡੀ ਕੋਸ਼ਿਸ਼ ਸੀ ਕਿ ਇਸ ਜਗ੍ਹਾ 'ਤੇ ਇਹਨਾਂ ਦੋਨਾਂ ਨੂੰ ਖਦੇੜਨ ਲਈ ਜਿਹੜੀ ਇਹਨਾਂ ਨੂੰ ਸੱਟ ਮਾਰ ਸਕਦੀ, ਪਹਿਲਾਂ ਉਹਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ, ਤਾਂ ਇਹਦੇ ਵਿੱਚੋਂ ਪੰਥਕ ਧਿਰ ਜਿਹੜੀ ਹੈ ਉੱਭਰ ਕੇ ਸਾਹਮਣੇ ਆ ਸਕਦੀ ਹੈ। ਤੁਸੀਂ ਉਸ ਵੇਲੇ ਫਿਰ ਯੂਨਾਈਟਡ ਅਕਾਲੀ ਦਲ 'ਚ ਸਾਡੇ ਕੋਲ ਯੂਨਾਈਟਡ ਸਿੱਖ ਮੂਵਮੈਂਟ ਸਾਡੀ ਜਥੇਬੰਦੀ ਬਣੀ ਸੀ, ਅਸੀਂ ਉਹਨਾਂ ਦੀ ਸਪੋਰਟ ਕੀਤੀ ਹੈ, ਬਾਹਰੋਂ ਰਹਿ ਕੇ ਸਪੋਰਟ ਕੀਤੀ ਹੈ। ਜਿਵੇਂ ਕੋਈ ਕਿਸੇ, ਜਿਵੇਂ ਸੰਤ ਜਰਨੈਲ ਸਿੰਘ ਨੇ ਅਕਾਲੀ ਦਲ ਦੀ ਸਪੋਰਟ ਕੀਤੀ ਸੀ ਮੋਰਚੇ ਵਿੱਚ, ਅਸੀਂ ਆਪ ਪਾਰਟੀ ਨੂੰ ਸਪੋਰਟ ਕਰਕੇ ਕਾਂਗਰਸ ਅਤੇ ਅਕਾਲੀ ਦਲ ਅਤੇ ਭਾਜਪਾ ਇਹਨਾਂ ਨੂੰ ਸੱਟ ਮਾਰਨਾ ਚਾਹੁੰਦੇ ਸੀ, ਅਸੀਂ ਉਹਦੇ 'ਚ ਕਾਮਯਾਬ ਹੋਏ ਹਾਂ। ਅਸੀਂ ਉਹਨਾਂ ਦੇ ਮੈਂਬਰ ਨਾ ਬਣੇ ਹਾਂ ਨਾ ਸੀ, ਅਸੀਂ ਆਪਣੀ ਜਥੇਬੰਦੀ ਵੱਲੋਂ ਬਾਹਰੋਂ ਰਹਿ ਕੇ ਸਪੋਰਟ ਕੀਤੀ ਸੀ। ਸੋ ਤੁਸੀਂ ਹਾਲੀ ਵੀ ਦਮਦਮੀ ਟਕਸਾਲ ਦੇ ਨਾਲ ਜੁੜੇ ਜੇ? ਦੇਖੋ, ਆਤਮਿਕ ਤੌਰ 'ਤੇ, ਸਰੀਰਕ ਤੌਰ 'ਤੇ ਮੇਰੇ ਬਾਣੇ ਤੋਂ ਵੇਖ ਤੇ ਤੁਹਾਨੂੰ ਦੱਸੂਗਾ ਵੀ ਮੈਂ ਟਕਸਾਲੀ ਹਾਂ, ਪਰ ਮੈਂ ਇਹ ਗੱਲ ਸਮਝਦਾ ਕਿ ਟਕਸਾਲੀ ਹੋਣ ਦੇ ਨਾਲ ਨਾਲ ਇੱਕ ਸਾਡੀ ਜ਼ਿੰਮੇਵਾਰੀ ਹੈ। ਅਸੀਂ ਜਿੰਨਾ ਮਰਜ਼ੀ ਕਹਿ ਲਓ, 50,000 ਕਹਿ ਲਓ, 30 ਕਹਿ ਲਓ, 40 ਕਹਿ ਲਓ, 20 ਕਹਿ ਲਓ, ਕੁਰਬਾਨੀ ਵੀ ਕਰ ਦਿੱਤੀ। ਅੱਜ ਸਾਡੇ ਪੰਜਾਬ ਦੀ ਹਾਲਤ ਕੀ ਹੈ? ਸਾਡੀ ਜਵਾਨੀ ਨਸ਼ੇ 'ਚ ਡੁੱਬ ਗਈ ਹੈ, ਕਿਸਾਨੀ ਦਾ ਲੱਕ ਟੁੱਟ ਚੁੱਕਾ ਹੈ, ਪੰਜਾਬ ਦੇ ਵਿੱਚ ਗੁੰਡਾਗਰਦੀ ਹੈ, ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉਹਦਾ ਤਬਾਹੀ ਹੋ ਗਈ ਹੈ। ਟਕਸਾਲ ਦੇ ਨਾਲ ਨਾਲ ਯੂਨਾਈਟਿਡ ਅਕਾਲੀ ਦਲ ਦੇ ਮੈਂਬਰ ਵੀ? ਹਾਂ ਹਾਂ, ਮੈਂ ਦਮਦਮੀ ਟਕਸਾਲ ਦਾ ਇੱਕ ਸ਼ਰਧਾਲੂ ਸੇਵਾਦਾਰ ਰਿਹਾ ਜ਼ਿੰਦਗੀ ਭਰ, ਪਰ ਅੱਜ ਦੀ ਡੇਟ ਵਿੱਚ ਮੈਂ ਬਿਲਕੁਲ ਅਲੱਗ ਹੋ ਕੇ ਇਹ ਸੋਚਦਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਿੱਖਾਂ ਦੇ ਕੇਸ ਨੂੰ ਅੱਗੇ ਲਿਜਾਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਥੇ ਇੱਕ ਪੋਲੀਟੀਕਲ ਸਿਸਟਮ ਜਿਹੜਾ ਉਹ ਸਾਰਿਆ ਜਾਵੇ, ਅਤੇ ਉਹ ਪੋਲੀਟੀਕਲ ਸਿਸਟਮ ਜਿਹੜਾ ਉਹ ਇਹਨਾਂ ਚੀਜ਼ਾਂ ਦਾ ਬਚਾਅ ਕਰ ਸਕਦਾ ਜੀ। ਬਹੁਤ ਬਹੁਤ ਮਿਹਰਬਾਨੀ। ਇੱਕ ਹੋਰ ਸਾਡੇ ਨਾਲ ਸ਼ਰੋਤਾ ਜੁੜੇ ਆ, ਉਹ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਗੁਰਚਰਨ ਬੋਲਦੀ ਹਾਂ। ਹਾਂਜੀ ਗੁਰਚਰਨ ਕੌਰ ਜੀ। ਹਾਂਜੀ ਵੀਰ ਜੀ, ਬਈ ਇਹ ਜਿਹੜਾ ਵੀਕ ਆ ਸਿੱਖ ਕੌਮ ਲਈ ਬਹੁਤ ਦੁਖਦਾਈ ਵੀਕ ਹੈ, ਤੇ ਦੂਸਰਾ ਜਿਹੜਾ ਭਾਈ ਸਾਹਿਬ ਨੇ ਆਖਿਆ ਬਈ ਸੰਤ ਜਰਨੈਲ ਸਿੰਘ ਉੱਭਰ ਰਹੇ ਸੀ ਤੇ ਇਹਨਾਂ ਦੋਨਾਂ ਲਈ, ਸਿੱਖ ਅਕਾਲੀ ਲੀਡਰਸ਼ਿਪ ਲਈ ਤੇ ਕੇਂਦਰ ਲਈ ਔਖਾ ਸੀ, ਇਹਨਾਂ ਦੀ ਗੱਲ ਇਹ ਬਿਲਕੁਲ ਸੱਚ ਆ। ਇਹਨਾਂ ਦੀ ਮਿਲੀ ਭੁਗਤ ਸੀ ਜਿਹੜਾ ਕਿ ਵਿੱਚ ਇਹ ਵੀ ਸਟਾਰ ਹੋਇਆ ਜੀ। ਸੋ ਤੁਹਾਨੂੰ, ਤੁਸੀਂ ਵੀ ਐਗਰੀ ਕਰਦੇ ਜੇ ਵੀ ਇਹਨਾਂ ਦੀ ਬਾਕੀ ਉਦੋਂ ਦੀ ਅਕਾਲੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਦੀ ਕਿਸੇ ਨਾ ਕਿਸੇ? ਹਾਂਜੀ, ਉਹਨਾਂ ਨੂੰ ਇਸ ਜਿਹੜੇ ਸੰਤ ਜਰਨੈਲ ਸਿੰਘ ਉੱਭਰ ਰਹੇ ਸੀ ਇਹਨਾਂ ਨੂੰ ਬਰਦਾਸ਼ਤ ਨਹੀਂ ਸੀਗੇ ਜੀ ਜੀ।
ਗੁਰਸ਼ਰਨ ਕੌਰ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਆ। ਸੋ ਜਿਵੇਂ ਅੱਗੇ ਜਿਵੇਂ ਗੱਲ ਕਰ ਰਿਹਾ ਸੀਗਾ ਕਿ ਮਸਲਾ ਬਹੁਤ ਗੰਭੀਰ ਅਤੇ ਡੂੰਘਾ ਵਾ, ਪਰ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਵੀ ਇਹਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ। ਭਾਈ ਮੋਹਕਮ ਸਿੰਘ, ਤੁਸੀਂ ਸਮਾਂ ਕੱਢਿਆ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਦੁਬਾਰਾ ਵੀ ਕਿਸੇ ਨਾ ਕਿਸੇ ਮਸਲੇ 'ਤੇ ਤੁਹਾਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਵੀ ਸਾਡੇ ਨਾਲ ਆ ਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। ਕੱਲ੍ਹ ਮੇਰੇ ਨਾਲ ਇਸ ਸ਼ੋਅ 'ਚ ਹੋਣਗੇ ਕੈਪਟਨ ਐਸ ਐਸ ਢਿੱਲੋਂ, ਜੋ ਆਪਰੇਸ਼ਨ ਬਲੂ ਸਟਾਰ ਵੇਲੇ ਅੰਮ੍ਰਿਤਸਰ ਦੇ ਵਿੱਚ ਸਿਟੀ ਮੈਜਿਸਟਰੇਟ ਉਸ ਵੇਲੇ ਲੱਗੇ ਹੋਏ ਸਨ। ਤੁਸੀਂ ਉਹਨਾਂ ਨੂੰ ਵੀ ਪੁੱਛ ਸਕੋਗੇ ਕਿ ਉਹਨਾਂ ਨੇ ਕੀ ਵੇਖਿਆ, ਕਿਉਂਕਿ ਉਹਨਾਂ ਕੋਲ ਕਾਫੀ ਅਹਿਮ ਉਸ ਵੇਲੇ ਦੀ ਜਾਣਕਾਰੀ ਹੈ। ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਰੱਬ ਰਾਖਾ।